ਹੋ ਸਕਦਾ ਜਿਹੋ ਜਿਹੇ ਹਾਲਾਤ ਚੱਲ ਰਹੇ ਆ ਅਗਲੀ ਚੋਣ ਹੋਵੇ ਹੀ ਨਾ ਪੀਆਰਐਸਐਸ ਦੇ ਤਿੰਨ ਉਮੀਦਵਾਰ ਜਿਹੜੇ ਲੜ ਰਹੇ ਸੀਗੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਉਮੀਦਵਾਰ ਦਾ ਇਕੱਲੇ ਮੁਖਸਰ ਦੇ ਵਿੱਚ ਵਿਰੋਧ ਹੋਇਆ ਤੇ ਉਹਦਾ ਟੈਂਟ ਇੱਥੇ ਪਟਿਆ ਗਿਆ ਤੇ ਬਾਕੀ ਤਕਰੀਬਨ ਸਾਰੇ ਚੁੱਪਚਾਪ ਸ਼ਾਂਤੀ ਨਾਲ ਲੋਕਾਂ ਨੇ ਵੋਟਾਂ ਪਾਈਆਂ ਤੇ ਬੜੇ ਇਹੋ ਜਿਹੇ ਬੰਦੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਵੀ ਹਾਜ਼ਰੀਆਂ ਲਵਾਉਂਦੇ ਰਹੇ ਆ ਉਹ ਵੀ ਉਹਨਾਂ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਂਦੇ ਦੇਖੇ ਗਏ ਆ ਜੀ ਪਿੰਡਾਂ ਵਾਲੇ ਦਾ दारू ਦੀ ਬੋਤਲ ਪਿੱਛੇ ਵੋਟ ਪਾ ਦਿੰਦੇ ਨੇ ਤੇ ਆਪ ਵੀ ਤਾਂ ਤੁਸੀਂ ਇਹੀ ਆਪਣੇ ਸਵਾਰਥਾਂ 'ਚ ਫਸ ਕੇ ਆਪਣੀਆਂ ਲੌਬੀਆਂ 'ਚ ਆਪਣੇ ਧਿਰਾਂ 'ਚ ਫਸ ਕੇ ਵੋਟਾਂ ਪਾਉਣਾ ਹੀ ਹੋ ਪੁਰਾਣੇ ਸੈਨੇਟ ਮੈਂਬਰ ਜਿਹੜੇ ਬਣੇ ਹੋਏ ਸੀ ਜਿਹੜੇ ਵਿਦਿਆਰਥੀ ਲੀਡਰਾਂ 'ਚ ਹੀ ਗਏ ਸੀ ਤੇ ਉਹਨਾਂ ਨੇ ਚੁੱਪਚਾਪ ਇਹ ਜੀ ਗੰਢ ਧੁੱਪ ਕੀਤੀ ਕਿ ਤੁਸੀਂ ਸਾਨੂੰ ਪਰਮਾਨੈਂਟ ਹੀ ਬਣਾ ਦਿਓ ਪਰ ਵਿਚਾਰਿਆਂ ਦੇ ਸੁਪਨੇ ਚਲੋ ਹਾਲੇ ਉਹਨਾਂ ਦੇ ਪਲੇਟ 'ਚ ਪਈ ਹੀ ਰਹੇਗੇ ਉਵੇਂ ਆਪਾਂ 2022 ਦੇਖਦੇ ਆਂ ਪੰਜਾਬ ਦਾ ਕਾਪਾ ਬੜੀਆਂ ਗੱਲਾਂ ਕਰਦੇ ਆ ਕਿ ਬੀਜੇਪੀ ਦਾ ਇੱਥੇ ਕੁਝ ਨਹੀਂ ਵਟਣਾ ਇੱਥੇ ਲੋਕ ਐਣੇ ਇੱਥੇ ਲੋਕ ਬੜਾ ਵਿਰੋਧ ਨੇ ਪਰ ਜਦੋਂ ਰਾਜਨੀਤਿਕ ਜਦੋਂ ਰਾਜਨੀਤਿਕ ਸਤਰੰਜ ਵਿਛਾਈ ਜਾਂਦੀ ਆ ਤਾਂ ਲੋਕਾਂ ਨੂੰ ਵੀ ਪਤਾ ਨਹੀਂ ਲੱਗਦਾ ਕਦੋਂ ਉਹਦੇ ਵਿੱਚ ਆਪਣੇ ਆਪ ਤੁਰ ਪੈਂਦੇ ਨੇ ਉਹ ਜਦੋਂ ਕੋਈ ਇਲੈਕਸ਼ਨ ਦੀ ਡੇਟ ਆ ਜਿਹੜੀ ਉਹ ਚਾਰ ਵਾਰੀ ਬਦਲ ਦਿੱਤੀ ਜਾਊਗੀ ਜੀ ਤਾਂ ਤੁਸੀਂ ਵੋਟਰ ਨੂੰ ਚੌਥੀ ਵਾਰ ਜਾ ਕੇ ਕਹੋਗੇ ਹਾਂ ਕਿ ਤੁਸੀਂ ਆਓ ਜੀ ਵੋਟ ਪਾਉਣ ਲਈ ਇੰਨੀ ਤਰੀਕ ਨੂੰ ਵੋਟਾਂ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਵੋਟਰ ਦੇ ਮਨ 'ਚ ਸਵਾਲ ਜਾਊਗਾ ਕਿ ਪਤਾ ਨਹੀਂ ਐਤ ਕੀ ਵੀ ਹੋਣੀ ਆ ਕਿ ਨਹੀਂ ਹੋਣੀ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਮੈਂ ਰਤਨਦੀਪ ਸਿੰਘ ਢਾਲੀਵਾਲ ਜਿੱਥੇ ਇੱਕ ਪਾਸੇ ਅਸੀਂ ਪੰਜਾਬ ਯੂਨੀਵਰਸਿਟੀ ਦੀ ਪਿਛਲੇ ਦਿਨਾਂ ਦੀ ਜੇ ਗੱਲ ਕਰਦੇ ਹਾਂ ਉੱਥੇ ਇੱਕ ਧਰਨਾ ਲੱਗਿਆ ਉਸ ਤੋਂ ਬਾਅਦ ਉਸ ਧਰਨੇ ਦੇ ਵਿੱਚ ਜਿਹੜੀ ਮੰਗ ਰੱਖੀ ਗਈ ਸੀ ਉਸ ਨੂੰ ਲੈ ਕੇ ਉਹ ਮੰਗ ਮੰਨੀ ਗਈ ਇੱਕ ਤਰ੍ਹਾਂ ਦੀ ਧਰਨੇ ਦੀ ਜਿੱਤ ਵੀ ਹੋਈ ਆ ਮੋਰਚੇ ਦੀ ਜਿੱਤ ਹੋਈ ਆ ਸੈਨੇਟ ਚੋਣਾਂ ਦੀ ਤਰੀਕ ਆਉਂਦੀ ਆ ਦੋ ਪੜਾਵਾਂ ਦੇ ਵਿੱਚ ਸੈਨੇਟ ਚੋਣਾਂ ਹੋ ਰਹਿਣਾਂਗੀਆਂ ਇੱਕ ਪੜਾਅ ਖਤਮ ਹੋ ਚੁੱਕਿਆਗਾ ਤੇ ਦੂਸਰੇ ਪੜਾਅ ਦੇ ਵਿੱਚ ਆਉਣ ਵਾਲੀ 17 ਤਰੀਕ ਨੂੰ ਚੋਣਾਂ ਹੋ ਰਹਿਣਾਂਗੀਆਂ ਪਰ ਇਸ ਧਰਨੇ ਦੇ ਵਿੱਚ ਇੱਕ ਨਾਂ ਉੱਭਰ ਕੇ ਸਾਹਮਣੇ ਆਇਆ ਰਵਿੰਦਰ ਸਿੰਘ ਢਾਲੀਵਾਲ ਬਿੱਲਾ ਢਾਲੀਵਾਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈਗਾ ਉਹ ਅੱਜ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ ਉਹਨਾਂ ਤੋਂ ਪੁੱਛਦੇ ਹਾਂ ਵੀ ਜਿਹੜੀਆਂ ਸੈਨੇਟ ਚੋਣਾਂ ਇਸ ਵਾਰ ਹੋਈਆਂ ਨੇ ਉਹਨਾਂ ਦੇ ਵਿੱਚ ਕਿੰਨੇ ਪਰਸੈਂਟ ਪੋਲਿੰਗ ਹੋਈ ਆ ਜਿਹੜਾ ਇੱਕ ਪੜਾਅ ਹੋ ਗਿਆ ਤੇ ਖਾਸ ਕਰਕੇ ਜੇ ਅਸੀਂ ਗੱਲ ਕਰਦੇ ਹਾਂ ਭਾਜਪਾ ਦੀ ਜਾਂ ਵੱਖੋ-ਵੱਖ ਹੋਰ ਪਾਰਟੀਆਂ ਦੀ ਜੇ ਭਾਜਪਾ ਦੀ ਗੱਲ ਕਰਦੇ ਹਾਂ ਭਾਜਪਾ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਹਰਿਆਣੇ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਕ ਤਰ੍ਹਾਂ ਦਾ ਵਿਰੋਧ ਵੀ ਚੱਲ ਰਿਹਾ ਪਰ ਇਸ ਵਿਰੋਧ ਦੇ ਚੱਲਦਿਆਂ ਬੀਜੇਪੀ ਸੈਨੇਟ ਚੋਣਾ ਵੀ ਲੜ ਗਈ ਹਾਲਾਂਕਿ ਸਾਰੀਆਂ ਪਾਰਟੀਆਂ ਦਾ ਲੋਕਤੰਤ੍ਰਿਕ ਅਧਿਕਾਰ ਆ ਚੋਣਾ ਲੜ ਸਕਦੇ ਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਬਾਈ ਬਿੱਲਾ ਹੋਣਗੇ ਬਿੱਲੇ ਬਾਈ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਮਿਹਰਬਾਨੀ ਬਹੁਤ ਬਹੁਤ ਜੀ ਬਿੱਲੇ ਬਾਈ ਸਭ ਤੋਂ ਪਹਿਲਾਂ ਤਾਂ ਇਹ ਹੀ ਗੱਲ ਕਰਾਂਗੇ ਆਪਾਂ ਜਿਵੇਂ ਬੀਜੇਪੀ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਚੱਲ ਰਿਹਾ ਹੈਗਾ ਪਰ ਇਹ ਸੈਨੇਟ ਚੋਣਾਂ ਦੇ ਵਿੱਚ ਦੋ ਤਿੰਨ ਉਮੀਦਵਾਰ ਉਹਨਾਂ ਦੇ ਖੜੇ ਹੋਏ ਸੀ ਕੀ ਗੱਲ ਸੱਚ ਹੈ ਬਿਲਕੁਲ ਸੱਚ ਹੈ ਵੀਰੇ ਜਿਵੇਂ ਤੁਸੀਂ ਇਹ ਗੱਲ ਕਹੀ ਹੈ ਕਿ ਲੋਕਤੰਤਰੀਕ ਅਧਿਕਾਰ ਆ ਸਾਰੀਆਂ ਪਾਰਟੀਆਂ ਦਾ ਚੋਣਾਂ ਲੜਨਾ ਪਰ ਆਪਾਂ ਗੱਲ ਕਰਦੇ ਆ ਪੰਜਾਬ ਹਰਿਆਣੇ ਦੇ ਮਾਹੌਲ ਦੀ ਕਿਉਂਕਿ ਜਿਵੇਂ ਕਿਸਾਨ ਅੰਦੋਲਨ ਜਦੋਂ ਤੋਂ ਆਇਆ ਤਾਂ ਪੰਜਾਬ ਹਰਿਆਣੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਇਹ ਵਿਰੋਧ ਸੀਗਾ ਤਾਂ ਉਹਦੇ ਚ ਆਪਏ ਸੋਚ ਸਕਦੇ ਆ ਕਿ ਚੋਣਾ ਲੜਨਾ ਤਾਂ ਦੂਰ ਦੀ ਗੱਲ ਹੈ ਵੀ ਆਪਾਂ ਆਪਾਂ ਹੁਣ ਵੀ ਪਿੰਡਾਂ ਦੇ ਵਿੱਚ ਬੋਰਡ ਲੱਗੇ ਪੜਦੇ ਆ ਜਾਂ ਜਿਵੇਂ ਕਿਸੇ ਸੰਯੁਕਤ ਮੋਰਚੀ ਦੀ ਕਾਲ ਵੀ ਸੀਗੀ ਕਿ ਭਾਜਪਾ ਦੇ ਲੀਡਰਾਂ ਨੂੰ ਹਰਿਆਣੇ ਵਾਲ ਤਾਂ ਦੇਖੋ ਆਉਣ ਹੀ ਨਹੀਂ ਦੇ ਰਹੇ ਵੀ ਪੰਜਾਬ ਹਰਿਆਣੇ ਚ ਆਉਣ ਨਹੀਂ ਦੇਣਾ ਤਾਂ ਇਹੋ ਜੇ ਮਾਹੌਲ ਦੇ ਵਿੱਚ ਚੋਣਾ ਲੜਨਾ ਤੇ ਚੋਣਾ ਲੜਨਕੇ ਵੀ ਮੈਨੂੰ ਇਹ ਲੱਗਦਾ ਵੀ ਜਿਹੜੇ ਇਹਨਾਂ ਦੇ ਬੀਜੇਪੀ ਦੇ ਉਮੀਦਵਾਰ ਸੀ ਇਹਨਾਂ ਦੇ ਸਪੋਰਟਡ ਉਮੀਦਵਾਰ ਸੀ ਜਿਹੜੇ ਆਰਐਸਐਸ ਦੇ ਉਹਨਾਂ ਦੇ ਉਹਨਾਂ ਨੇ ਆਪਣੇ ਉਮੀਦਵਾਰ ਜਿਹੜੇ ਡਾਇਰੈਕਟ ਖੜੇ ਕੀਤੇ ਸੀ ਉਹ ਤਿੰਨ ਉਮੀਦਵਾਰ ਸੀਗੇ ਤੇ ਉਹਨਾਂ ਚੋਂ ਦੋ ਜਿੱਤਨ ਦੀ ਪੋਜੀਸ਼ਨ ਦੇ ਵਿੱਚ ਅੱਜ ਹੈਗੇ ਨੇ ਹੂੰ ਇਹ ਵੀ ਪੰਜਾਬ ਹਰਿਆਣੇ ਦੇ ਵਿੱਚੋਂ ਜਿੱਤ ਵੀ ਜਾਣਗੇ ਬਿਲਕੁਲ ਇਹ ਚੀਜ਼ ਲੱਗ ਰਹੀ ਆ ਬਾਕੀ ਚਲੋ ਦੇਖੋ ਇਲੈਕਸ਼ਨ ਦਾ ਰਿਜ਼ਲਟ ਕੀ ਕਹਿੰਦਾ ਤੇ ਬਾਕੀ ਜਿਹੜਾ ਇਹਦਾ ਮੇਨ ਵੱਡਾ ਕਾਰਨ ਆ ਜਿਹੜਾ ਉਹ ਮੈਂ ਇਸ ਚੀਜ਼ ਨੂੰ ਮੰਨਦਾ ਕਿ ਇਸ ਜਿਹੜੀ ਇਲੈਕਸ਼ਨ ਆ ਇਹ 283000 ਵੋਟ ਦੀ ਜਿਹੜੀ ਇ ਜਿਹੜਾ 26 ਸਤੰਬਰ ਨੂੰ ਪੋਲ ਜਿਹੜਾ ਪਹਿਲਾ ਪੜਾ ਹੋਇਆ ਜੀ ਤੇ ਉਹਦੇ ਚੋਂ 42000 ਵੋਟਾਂ ਪੋਲ ਹੋਈਆਂ ਨੇ ਸਿਰਫ 42 ਸਿਰਫ ਉਹ ਉਹ ਜੋ ਕਿ ਜੋ ਪੂਰੀ ਜਿਹੜੀ ਮਤਲਬ ਗਿਣਤੀ ਹੈ ਦੀ ਉਹ 14% ਬਣਦਾ ਤਾਂ ਤੁਸੀਂ ਇਹ ਮੰਨ ਲਓ ਵੀ ਜਿਹੜੇ ਉਹਨਾਂ ਦੇ ਢਾਂਚੇ ਆ ਜਿਹੜੇ ਉਹਨਾਂ ਦੇ ਉਹਨਾਂ ਨੇ ਆਪਣੀਆਂ ਲੌਬੀਆਂ ਬਣਾਈਆਂ ਹੋਈਆਂ ਉਹਨਾਂ ਲੋਕਾਂ ਨੇ ਤਾਂ ਵੋਟਾਂ ਪੋਲ ਕਰਤੀਆਂ ਪਰ ਜਿਹੜੇ ਲੋਕ ਆਪਾਂ ਵਿਰੋਧ ਦਾ ਇਹਨਾਂ ਚੀਜ਼ਾਂ ਦੇ ਤਾਂ ਮੈਨੂੰ ਲੱਗਦਾ ਆਪਣੇ ਤੋਂ ਘਾਟ ਹੋਈ ਆ ਵੋਟਾਂ ਪੋਲ ਕਰਨ ਦੇ ਵਿੱਚ ਕਿਤੇ ਨਾ ਕਿਤੇ ਘਾਟ ਹੋਈ ਆ ਤਾਂ ਕਰਕੇ ਜਿਹੜੀ ਪੋਲਿੰਗ ਆ ਉਹ ਕਟੀ ਆ ਹ ਜੇ ਤੁਹਾਡੀ ਅਸੀਂ ਗੱਲ ਕਰਦੇ ਆ ਜਿਵੇਂ ਮੋਰਚੇ ਦੀ ਗੱਲ ਹੁੰਦੀ ਆ ਜਿਹੜਾ ਯੂਨੀਵਰਸਿਟੀ ਵੀਸੀ ਦੇ ਦਫ਼ਤਰ ਦੇ ਬਾਹਰ ਮੋਰਚਾ ਲੱਗੇਗਾ ਉਹਦੇ ਵਿੱਚ ਤੁਹਾਡਾ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈਗਾ ਹਾਲਾਂਕਿ ਜੇ ਸੀ ਕਿਸਾਨ ਆਗੂਆਂ ਦੀ ਗੱਲ ਕਰ ਲਓ ਕੋਈ ਹੋਰ ਰਾਜਨੀਤਿਕ ਪਾਰਟੀਆਂ ਦੀ ਆਗੂਆਂ ਦੀ ਗੱਲ ਕਰ ਲਓ ਕਲਾਕਾਰਾਂ ਦੀ ਗੱਲ ਕਰ ਲਓ ਸਾਰੇ ਉੱਥੇ ਪਹੁੰਚੇ ਆ ਜੀ ਜੇ ਤੁਹਾਡੀ ਗੱਲ ਕਰੀਏ ਤੁਸੀਂ ਵੀ ਮੀਡੀਆ ਦੇ ਉੱਤੇ ਪ੍ਰਚਾਰ ਕਰ ਰਹੇ ਹੋ ਹੁਣ ਵੀ ਪ੍ਰਚਾਰ ਕਰ ਰਹੇ ਹੋ ਚੋਣਾਂ ਦਾ ਹਨਾ ਵੀ ਮੈਨੂੰ ਵੀ ਇਲੈਕਟ ਕਰੋ ਜਾਂ ਮੈਨੂੰ ਵੋਟ ਪਾਓ ਹਨਾ ਇਹਦੇ باوجود ਵੀ ਲੋਕਾਂ ਦੇ ਵਿੱਚ ਉਨੀ ਜਾਗਰੂਕੀ ਕਿਉਂ ਨਹੀਂ ਕਿਉਂਕਿ ਮੈਂ ਇੱਕ ਇਹ ਵੀ ਸਵਾਲ ਨਾਲ ਦੀ ਨਾਲ ਰੱਖਣਾ ਚਾਹੁੰਗਾ ਜਿਹੜੇ ਲੋਕਾਂ ਦੀ ਵੋਟ ਬਣੀ ਵੀ ਹੋਈ ਆ ਉਹ ਵੀ ਸਾਰੇ ਪੜ੍ਹੇ ਲਿਖੀ ਆ ਉੱਥੋਂ ਹੀ ਗਏ ਨੇ ਉੱਥੋਂ ਦੀ ਹੀ ਸ ਫੇਰ ਵੀ ਲੋਕ ਉਹਦੇ ਪ੍ਰਤੀ ਇੰਨੇ ਜਾਗਰੂਕ ਕਿਉਂ ਨਹੀਂ ਨਹੀਂ ਲੋਕ ਰਤਨਵੀਰੇ ਜਾਗਰੂਕ ਹੈਗੇ ਨੇ ਲੋਕਾਂ ਨੇ ਹਰ ਐਡੀ ਗੱਲ ਵੀ ਨਹੀਂ ਹੈ ਲੋਕਾਂ ਨੇ ਪਾਰਟਿਸਿਪੇਟ ਵੀ ਕੀਤਾ ਪਰ ਜਿਹੜੀ ਮੈਂ ਜਿਹੜਾ ਵੱਡਾ ਕਾਰਨ ਮੰਨਦਾ ਇਹ ਜਦੋਂ ਇਲੈਕਸ਼ਨ ਵਾਰੀ-ਵਾਰੀ ਪੋਸਟਪੋਨ ਕੀਤਾ ਜਾ ਰਿਹਾ ਸੀ ਮੁਲਤਵੀ ਕੀਤਾ ਜਾ ਰਿਹਾ ਸੀ ਤਾਂ ਵੀ ਮੈਂ ਵਾਰੀ-ਵਾਰੀ ਇਹੀ ਗੱਲ ਕਹਿੰਦਾ ਰਿਹਾ ਕਿ ਇਹ ਚੋਣ ਨੂੰ ਵਾਰੀ-ਵਾਰੀ ਮੁਲਤਵੀ ਕਰਨ ਦਾ ਜਿਹੜਾ ਕਾਰਨ ਆ ਉਹ ਇਹ ਆ ਕਿ ਇਹਨਾਂ ਚੋਣਾਂ ਦੀ ਭਰੋਸੇਯੋਗਤਾ ਜਿਹੜੀ ਉਹ ਵੋਟਰਾਂ ਦੇ ਮਨ ਚੋਂ ਖਤਮ ਕੀਤੀ ਜਾ ਸਕੇ ਜੀ ਜਦੋਂ ਕੋਈ ਇਲੈਕਸ਼ਨ ਦੀ ਡੇਟ ਆ ਜਿਹੜੀ ਮੁੱਝਾਰ ਵਾਰੀ ਬਦਲ ਦਿੱਤੀ ਜਾਊਗੀ ਜੀ ਤਾਂ ਤੁਸੀਂ ਵੋਟਰ ਨੂੰ ਚੌਥੀ ਵਾਰ ਜਾ ਕੇ ਕਹੋਗੇ ਹਾਂ ਕਿ ਤੁਸੀਂ ਆਓ ਜੀ ਵੋਟ ਪਾਉਣ ਲਈ ਇੰਨੀ ਤਰੀਕ ਨੂੰ ਵੋਟਾਂ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਵੋਟਰ ਦੇ ਮਨ 'ਚ ਸਵਾਲ ਜਾਊਗਾ ਕਿ ਪਤਾ ਨਹੀਂ ਐਤ ਕੀ ਵੀ ਹੋਣੀ ਆ ਕਿ ਨਹੀਂ ਹੋਣੀ ਆ ਹੂੰ ਪਲੱਸ ਕੀ ਹੁੰਦਾ ਇਹ ਤੋਂ ਪਹਿਲਾਂ ਜਦੋਂ ਇਹ ਸੈਨੇਟ ਦੀਆਂ ਚੋਣਾਂ ਹੁੰਦੀਆਂ ਸੀ ਤਾਂ ਯੂਨੀਵਰਸਿਟੀ ਵੱਲੋਂ ਚਿੱਠੀਆਂ ਜਾਂਦੀਆਂ ਹੁੰਦੀਆਂ ਸੀ ਬਾਈ ਪੋਸਟ ਜਿਹੜੇ ਵੀ ਰਜਿਸਟਰ ਵੋਟਰ ਨੇ ਤੇ ਉਹਦੇ ਤੇ ਪ੍ਰੋਪਰ ਤਰੀਕ ਲਿਖੀ ਹੁੰਦੀ ਸੀ ਜਿਹੜਾ ਪੋਲਿੰਗ ਬੂਥ ਆ ਨੇੜੇ ਦਾ ਉਹਦਾ ਐਡਰੈਸ ਲਿਖਿਆ ਹੁੰਦਾ ਸੀ ਤੇ ਅਗਲੇ ਦੀ ਵੋਟ ਦੀ ਜਿਵੇਂ ਵੋਟ ਪਰਚੀ ਦਿੰਦੇ ਆ ਨਾ ਆਪਣੇ ਦੂਜੀਆਂ ਚੋਣਾਂ ਦੇ ਵਿੱਚ ਉਵੇਂ ਵੋਟ ਪਰਚੀ ਦਿੱਤੀ ਹੁੰਦੀ ਸੀ ਕਿ ਤੁਹਾਡੇ ਬੋਟ ਦਾ ਨੰਬਰ ਇੰਨਾ ਤੇ ਤੁਸੀਂ ਇੱਥੇ ਜਾ ਕੇ ਪਾਉਣੀ ਆ ਤਾਂ ਇਸ ਵਾਰੀ ਇੱਕ ਤਾਂ ਯੂਨੀਵਰਸਿਟੀ ਨੇ ਉਹ ਨਹੀਂ ਕੀਤਾ ਕਿਉਂਕਿ ਜੇ ਕਰਦੇ ਵੀ ਤਾਂ ਕਿਵੇਂ ਕਰਦੇ ਚਾਰ ਵਾਰੀ ਤਾਂ ਵੋਟਾਂ ਦੀ ਤਰੀਕ ਬਦਲ ਗਈ ਆ ਨਾ ਤਾਂ ਇੱਕ ਤਾਂ ਇਹ ਵੱਡਾ ਕਾਰਨ ਰਿਹਾ ਕਿ ਵੋਟਾਂ ਵੋਟਰਾਂ ਨੂੰ ਖੱਜਲ ਖਵਾਰੀ ਇੰਨਾ ਕੀਤਾ ਗਿਆ ਤੇ ਇਹੀ ਜਿਹੜਾ ਜਿਹੜੀ ਮੇਨ ਮਨਸ਼ਾ ਉਹਨਾਂ ਦੀ ਜਿਹੜੀ ਜਿਹੜੀਆਂ ਵੀ ਤਰ੍ਹਾਂ ਨੇ ਇਹ ਜਿਹੜੀਆਂ ਸੈਨੇਟ ਚ ਉਹਨਾਂ ਨੂੰ ਖਤਮ ਕਰਨੀਆਂ ਚਾਹੁੰਦੀਆਂ ਨੇ ਕਿਉਂਕਿ ਸੈਨੇਟ ਪੂਰੇ ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਤੋਂ ਨਹੀਂ ਹੈਗੀ ਉਹ ਸਿਰਫ ਪੰਜਾਬ ਯੂਨੀਵਰਸਿਟੀ ਕੋਲੇ ਇੱਕ ਜਿਹੜੀ ਚੀਜ਼ ਹੈ ਬਚੀ ਹੋਈ ਆ ਤਾਂ ਉਹ ਉਹ ਇਹੀ ਚਾਹੁੰਦੇ ਆ ਕਿ ਸੈਨੇਟ ਦੀਆਂ ਚੋਣਾਂ ਤੋਂ ਲੋਕਾਂ ਦਾ ਭਰੋਸਾ ਉੱਠ ਜੇ ਆਪਾਂ ਅਗਲੀ ਵਾਰ ਨੂੰ ਕਾਗਜ਼ ਚੱਕ ਕੇ ਦਿਖਾ ਦਈਏ ਲੋਕਾਂ ਨੂੰ ਰਿਕਾਰਡ ਦਿਖਾ ਦਈਏ ਕਿ ਦੇਖੋ ਜੀ ਇਹਦੇ ਵਿੱਚ ਤਾਂ ਸਿਰਫ 42000 ਬੰਦਿਆਂ ਨੇ ਹਿੱਸਾ ਲਿਆ ਵੀ ਜਿਹੜੀ ਪੂਰੀ ਪੋਲਿੰਗ ਆ ਉਹ 14% ਹੀ ਹੋਈ ਆ ਤਾਂ ਇਹ ਚੀਜ਼ਾਂ ਜੋ ਉਹ ਚਾਹੁੰਦੇ ਨੇ ਮੈਨੂੰ ਲੱਗਦਾ ਆਪਾਂ ਉਵੇਂ ਹੀ ਉਹਨਾਂ ਦੇ ਅਕੋਰਡਿੰਗ ਹੀ ਕਰੀ ਜਾ ਰਹੇ ਜਿਹੜੀ ਚੀਜ਼ਾਂ ਲਈ ਲੜਾਈ ਹੈ ਨਾ ਆਪਣੀ ਉਹ ਇਹੀ ਆਪਣਾ ਅੱਜ ਬੈਠਣ ਦਾ ਮਕਸਦ ਹੈ ਕਿ ਜਿਹੜਾ ਬਚਿਆ ਹੋਇਆ ਜਿਹੜਾ ਗੇੜਾ ਦੂਜਾ ਗੇੜਾ तकरीबन ਉਹ ਮੇਰੇ ਹਿਸਾਬ ਨਾਲ 42000 ਵੋਟ ਦੀ ਜਿਹੜੀ ਚੋਣ ਆ ਰਹੀਦੀ ਆ ਤੇ ਜੇ ਆਪਾਂ ਊਮੀ ਪਰਸੈਂਟੇਜ ਕੱਢੀਏ ਤਾਂ 7-8000 ਵੋਟ ਮੈਨੂੰ ਲੱਗਦਾ ਹੋਰ ਪੋਲ ਹੋਣੀ ਆ ਤੇ ਜੇ ਆਪਾਂ ਰਲ ਕੇ ਹੰਬੜਾ ਮਾਰ ਲਈਏ ਸਾਰੇ ਜਾਣੇ ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਹੀ ਸਾਰੀਆਂ ਵੋਟਾਂ ਪੈਣ ਉਹ ਕਿਉਂਕਿ ਇਹ ਚ ਉਮੀਦਵਾਰ ਇੱਕ ਨਹੀਂ ਜਿਤਨਾ 15 ਬੰਦੇ ਜਿੱਤਨੇ ਨੇ ਜੀ ਬੈਠਣ ਦਾ ਆਪਣਾ ਮੇਨ ਮਕਸਦ ਇਹ ਆ ਕਿ ਪੋਲਿੰਗ ਵਧਾਈ ਜਾਵੇ ਤਾਂ ਜੋ ਅਗਲੀ ਵਾਰ ਸੈਂਟਰ ਦੀ ਚੋਣ ਨੂੰ ਕੋਈ ਖਤਰਾ ਨਾ ਖੜਾ ਹੋ ਜੇ ਜੇ ਬਿੱਲੇ ਭਾਈ ਗੱਲ ਕਰਦੇ ਆ ਜਿਹੜਾ ਰਹਿ ਗਿਆ ਦੂਜਾ ਗੇੜਾ ਜੀ ਪੰਜਾਬ ਦੇ ਰਤਨ ਵੀਰੇ ਆਪਣਾ ਜਿਹੜਾ ਫਰੀਦਕੋਟ ਜ਼ਿਲ੍ਹਾ ਹਾਂ ਇਹਦੇ ਵਿੱਚ ਤਿੰਨ ਪੋਲਿੰਗ ਬੂਥ ਨੇ ਜਿਨ੍ਹਾਂ ਦੇ ਰੈਂਦੀ ਇਲੈਕਸ਼ਨ ਹੋਣੀ ਫਰੀਦਕੋਟ ਜੈਤੋ ਤੇ ਕੋਟ ਕਪੂਰਾ ਹਾਂ ਸੰਗਰੂਰ ਬਰਨਾਲਾ ਮਲੇਰ ਕੋਟਲਾ ਆ ਸੰਗਰੂਰ ਬਰਨਾਲਾ ਮਲੇਰ ਕੋਟਲਾ ਹੋ ਗਿਆ ਜੀ ਤੇ ਖਰੜ ਦਾ ਇੱਕ ਪੋਲਿੰਗ ਬੂਥ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮੈਲਪੁਰ ਦਾ ਇੱਕ ਪੋਲਿੰਗ ਬੂਥ ਆ ਉਹ ਬਚਿਆ ਹੋਇਆ ਤੇ ਆਪਣਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਕੈਂਪਸ ਆ ਜਿਹੜਾ ਉੱਥੇ ਇੱਕ ਪੋਲਿੰਗ ਬੂਥ ਆ ਉਹ ਪੈਂਡਿੰਗ ਆ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੈਗਾ ਧਾਰੀਵਾਲ ਤੇ ਡੇਰਾ ਬਾਬਾ ਨਾਨਕ ਉੱਥੇ ਹਲੇ ਚੋਣਾਂ ਜਿਹੜੀ ਉਹ ਹੋਣੀ ਆ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਚਾਰ ਪੰਜ ਪੋਲਿੰਗ ਬੂਥ ਨੇ ਤੇ ਜਲੰਧਰ ਜ਼ਿਲ੍ਹੇ ਦੇ ਵਿੱਚ ਚਾਰ ਪੋਲਿੰਗ ਬੂਥ ਨੇ ਜਿਹਦੇ ਚ ਆਦਮਪੁਰ ਐ ਭੋਗਪੁਰ ਐ ਤੇ ਬਾਕੀ ਦੋ ਦੋ ਜਲੰਧਰ ਸ਼ਹਿਰ ਦੇ ਨੇ ਇੱਕ ਸਪੋਰਟਸ ਕਾਲਜ ਆ ਸ਼ਾਇਦ ਤੇ ਇੱਕ ਕੋਈ ਹੋਰ ਪੋਲਿੰਗ ਬੂਥ ਆ ਤੇ ਬਾਕੀ ਹਰਿਆਣੇ ਦੇ ਕੁਝ ਪੋਲਿੰਗ ਬੂਥ ਪੈਂਡਿੰਗ ਨੇ ਤੇ ਪੰਜ ਕੁਲੇ ਦੇ ਹੈਗੇ ਅਤੇ ਇੱਕ ਅਬੋਰ ਦਾ ਤੇ ਇੱਕ ਮੋਗੇ ਦਾ ਤੇ ਐਵੇਂ ਕਰਕੇ ਕੁਝ ਇਦਾਂ ਦੇ ਜਿਹੜੇ ਏਰੀਆ ਬਚੇ ਹੋਏ ਆ ਜੀ ਜੇ ਪਹਿਲਾਂ ਵਾਲੀ ਗੇਟ ਦੀ ਗੱਲ ਕਰਦੇ ਆ ਤੁਹਾਡੇ ਵਾਲੇ ਪੱਖ ਤੋਂ ਜੇ ਉਦਨ ਦੀਆਂ ਤਸਵੀਰਾਂ ਵੀ ਅਸੀਂ ਦੇਖਦੇ ਆ ਤਸਵੀਰਾਂ ਸਾਹਮਣੇ ਇੰਨਾ ਤੁਹਾਡੇ ਅਕਾਊਂਟ ਦੇ ਉੱਤੇ ਜਾਂ ਜਿਹੜੇ ਤੁਹਾਡੇ ਹੋਰ ਯਾਰ ਦੋਸਤ ਆ ਜਿਹੜਾ ਨੇ ਸਪੋਰਟ ਕੀਤਾਗਾ ਉਦਨ ਕੀ ਕੀ ਕਮੀਆਂ ਰਹੀਆਂ ਕੁਝ ਹੋਇਆ ਤਜਰਬਾ ਤਜਰਬਾ ਵੀਰੇ ਪਹਿਲੀ ਗੱਲ ਤਾਂ ਇਹ ਹੀ ਆ ਵੀ ਅੱਜ ਤੱਕ ਇਹ ਇਲੈਕਸ਼ਨਾਂ ਜਿਹੜੀ ਇੱਕ ਗੇੜ ਚ ਹੁੰਦੀ ਰਹੀ ਆ ਤਾਂ ਕਦੇ ਵੀ ਇਹ ਮੌਕਾ ਨਹੀਂ ਮਿਲਦਾ ਕਿ ਜਿਹੜੀਆਂ ਪੁਰਾਣੀਆਂ ਗਲਤੀਆਂ ਉਹ ਫਿਰ 4 ਸਾਲ ਬਾਅਦ ਹੀ ਆਪਾਂ ਸੁਧਾਰ ਸਕਦੇ ਆ ਉਹਨੂੰ ਸੁਧਾਰ ਸਕਦੇ ਆ ਤਾਂ ਇਸ ਵਾਰੀ ਮੌਕਾ ਮਿਲਿਆ ਆਪਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਆਪਣੇ ਨਾਲ ਆਪਣੀ ਸੋਚ ਦੇ ਲੋਕ ਜੁੜੇ ਹੋਏ ਨੇ ਤਾਂ ਇੱਕ ਤਾਂ ਜਿਹੜੀ ਕਮੀ ਆ ਮੈਨੂੰ ਲੱਗਦਾ ਇਹ ਰਹੀ ਆ ਕਿ ਸਾਰਿਆਂ ਨੇ ਸ਼ਾਬਾਸ਼ ਬਹੁਤ ਦਿੱਤੀ ਆ ਪ੍ਰਚਾਰ ਬਹੁਤ ਹੋਇਆ ਆਪਣਾ ਰੌਲਾ ਰੱਪਾ ਬਹੁਤ ਜ਼ਿਆਦਾ ਹੋਇਆ ਪਰ ਆਪਾਂ ਵੋਟਰਾਂ ਨੂੰ ਜਿਹੜੀ ਮੇਨ ਗੱਲ ਆ ਜਿਹਦੇ ਕਰਕੇ ਪੋਲਿੰਗ ਘਟੀ ਆ ਆਪਾਂ ਵੋਟਰਾਂ ਨੂੰ ਉਹਨਾਂ ਦੇ ਘਰ ਤੋਂ ਪੋਲਿੰਗ ਬੂਥ ਤੱਕ ਲਿਆਉਣ ਤੱਕ ਮੈਨੂੰ ਹੂੰ ਤਾਂ ਇਹ ਜ਼ਰੂਰ ਹੈ ਵੀ ਜਿਹੜੇ ਪੋਲਿੰਗ ਬੂਥ ਤੇ ਲੋਕ ਆਏ ਨੇ ਵੋਟ ਪਾਉਣ ਲਈ ਉਹਨਾਂ ਨੂੰ ਆਪਾਂ ਅਪੀਲਾਂ ਕੀਤੀਆਂ ਉਹਨਾਂ ਨੇ ਜ਼ਰੂਰ ਆਪਾਂ ਨੂੰ ਵੋਟਾਂ ਪਾਤੀਆਂ ਹੋਣਗੀਆਂ ਤੇ ਇਹੋ ਜੀ ਕੋਈ ਗੱਲ ਨਹੀਂ ਹੈ ਆਪਣਾ ਇਲੈਕਸ਼ਨ ਵਧਿਆ ਰਿਹਾ ਪਹਿਲਾਂ ਹੋਣ ਵਾਲਾ ਵੀ ਵਧਿਆ ਰਹੂਗਾ ਕਿਉਂਕਿ ਆਪਾਂ ਇੰਨੇ ਲੋਕ ਹੀ ਇੰਨੇ ਜੁੜ ਚੁੱਕੇ ਆਂ ਆਪਾਂ ਇੱਕ ਸੋਚਦੇ ਕਿ ਆਪਾਂ ਆਪਾਂ ਸਾਰੇ ਚਾਹੁੰਦੇ ਆਂ ਕਿ ਚੰਗੇ ਬੰਦੇ ਸੈਨਰ ਦੇ ਵਿੱਚ ਆਉਣ ਪਰ ਇਹ ਆ ਵੀ ਇੱਕ ਤਾਂ ਦੇ ਵਿੱਚ ਵੋਟਰ ਆਈਡੈਂਟੀਫਾਈ ਕਰਨਾ ਥੋੜਾ ਔਖਾ ਹੁੰਦਾ ਉਹਦੇ ਤੇ ਆਪਾਂ ਕੰਮ ਘੱਟ ਕੀਤਾ ਤਾਂ ਹਾਲੇ ਵੀ ਆਪਣੇ ਕੋਲ ਜਿੰਨੇ ਦਿਨ ਬਚੇ ਆ ਮੈਂ ਜਿੰਨੇ ਆਪਣੇ ਨਾਲ ਲੋਕ ਜੁੜੇ ਉਹਨਾਂ ਨੂੰ ਉਹੀ ਬੰਦੇ ਵੋਟ ਕਰ ਸਕਦੇ ਆ ਹਰ ਘਰ ਚ ਵੋਟਰ ਨਹੀਂ ਹੈਗਾ ਪ੍ਰਚਾਰ ਦਾ ਜਾਂ ਵੇਪ ਦਾ ਜਾਂ ਲਹਿਰ ਦਾ ਜਿਆਦਾ ਅਸਰ ਕਿਉਂ ਨਹੀਂ ਹੁੰਦਾ ਇਸ ਇਲੈਕਸ਼ਨ ਤੇ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਹਰ ਘਰ ਚ ਵੋਟਰ ਨਹੀਂ ਹੈਗਾ ਪਹਿਲਾਂ ਆਪਾਂ ਨੂੰ ਵੋਟਰ ਲੱਭਣਾ ਪਊਗਾ ਕਿ ਬਰਨਾਲੇ ਦੇ ਪੋਲਿੰਗ ਬੂਥ ਦੇ ਉੱਤੇ ਕਿਹੜੇ ਕਿਹੜੇ ਬੰਦੇ ਨੇ ਜਿਹੜੇ ਵੋਟਰ ਨੇ ਜੇ ਕੋਈ ਬਰਨਾਲੇ ਦਾ ਸੁਣ ਰਿਹਾ ਜਾਂ ਜਿਹੜੇ ਵੀ ਏਰੀਆ ਦੀ ਆਪਾਂ ਗੱਲ ਕੀਤੀ ਆ ਤਾਂ ਪਹਿਲਾਂ ਆਪਣੇ ਏਰੀਆ ਦੀ ਲਿਸਟ ਲਓ ਤਾਂ ਲਿਸਟ ਦੇ ਵਿੱਚ ਦੇਖੋਗੇ ਕਿ ਕਿਹੜੇ-ਕਿਹੜੇ ਬੰਦਿਆਂ ਦੇ ਨਾਂ ਨੇ ਫਿਰ ਉਹਨਾਂ ਤੱਕ ਆਪਾਂ ਜਾਣਕਾਰੀ ਪਹੁੰਚਾਉਣੀ ਆ ਕਈ ਵਾਰੀ VOTER ਨੂੰ ਵੀ ਨਹੀਂ ਪਤਾ ਹੁੰਦਾ ਕਿ ਮੇਰੀ ਵੋਟ ਬਣੀ ਹੋਈ ਆ ਐਦਾਂ ਦੀ ਇਲੈਕਸ਼ਨ ਆਏ ਕਿਉਂਕਿ VOTER ਦਾ ਇੱਥੇ ਜ਼ੀਰੋ ਇੰਟਰਸਟ ਆ ਜਿਹਦੇ ਕਰਕੇ ਜਿਹੜੇ ਹਾਲਾਤ ਆ ਉਹ ਅੱਜ ਇੱਥੋਂ ਤੱਕ ਪਹੁੰਚੇ ਆ ਤਾਂ ਫਿਰ VOTER ਨੂੰ ਦੱਸਣਾ ਕਿ ਤੁਹਾਡੀ ਵੋਟ ਬਣੀ ਹੋਈ ਆ ਫਿਰ ਆਪਾਂ ਉਹਨੂੰ ਕਹਿਣਾ ਕਿ ਸਾਡੇ ਬੰਦੇ ਨੂੰ ਤੁਸੀਂ ਵੋਟ ਪਾਉਣੀ ਆ ਕਿਉਂ ਪਾਉਣੀ ਆ ਹੁਣ ਆਪਣੇ ਕੋਲੇ ਉਹ ਵੀ ਕਾਰਨ ਹੈ ਕਿਉਂਕਿ ਆਪਾਂ ਕੁਛ ਨਾ ਕੁਛ ਮੈਨੂੰ ਲੱਗਦਾ ਕਰਕੇ ਦਿਖਾਇਆ ਕਿਉਂਕਿ ਬੜੇ ਲੋਕ ਜਿਹੜੇ ਦੋ ਦੋ ਤਿੰਨ ਤਿੰਨ ਵਾਰ ਦੇ ਸੈਨੇਟਰ ਮੈਂਬਰ ਰਹੇ ਨੇ ਦੂ ਪਹਿਲਾਂ ਸੈਨੇਟਰ ਬਣਦੇ ਰਹੇ ਨੇ ਤਾਂ ਉਹਨਾਂ ਨੇ ਮੈਨੂੰ ਲੱਗਦਾ ਇੰਨਾ ਹਾਲੇ ਤੱਕ ਨਹੀਂ ਕੀਤਾ ਹੋਣਾ ਜਿੰਨਾ ਆਪਾਂ ਬਿਨਾ ਸੈਨੇਟਰ ਬਣਨ ਤੋਂ ਕਰ ਦਿੱਤਾ ਕਿਉਂਕਿ ਜੋ ਯੂਨੀਵਰਸਿਟੀ ਦਾ ਇੱਕ ਜੋ ਮਸਲਾ ਸੀ ਉਹਨੂੰ ਆਪਾਂ ساری ਦੁਨੀਆ 'ਚ ਪਚਾਇਆ ਤਾਂ ਮੈਂ ਇਹ ਮੰਨਦਾ ਵੀ ਮੇਰਾ ਰੋਲ ਰਿਹਾ ਆ ਇਹ ਚੀਜ਼ ਮੈਂ ਮੰਨਦਾ ਤਾਂ ਆਪਾਂ ਇਹ ਵੀ ਕਹਿ ਸਕਦੇ ਆ ਕਿ ਕਿਉਂ ਆਪਾਂ ਨੂੰ ਤੁਸੀਂ ਵੋਟ ਪਾਉਣੀ ਆ ਫਿਰ ਆਪਾਂ ਉਹਨਾਂ ਨੂੰ ਵੋਟਾਂ ਵਾਲੇ ਦਿਨ ਉਦੋਂ ਬਾਅਦ ਯਾਦ ਕਰਾਉਣਾ ਤੇ ਫਿਰ ਪੋਲਿੰਗ ਬੂਥ ਤੇ ਲੈ ਕੇ ਆਉਣਾ ਤਾਂ ਇਹ ਥੋੜਾ ਜਿਹਾ ਪ੍ਰੋਸੈਸ ਆ ਜਿਹੜਾ ਇਹ ਆਪਾਂ ਨੂੰ ਸਿੱਖਣ ਦੀ ਲੋੜ ਆ ਜਿਹੜੇ ਆਪਾਂ ਲੱਗੇ ਹੋਏ ਆ ਕਿਉਂਕਿ ਮੈਂ ਵੀ ਤੁਹਾਡੇ ਵਰਗੇ ਹੀ ਆ ਮੈਂ ਵੀ ਪਹਿਲੀ ਵਾਰੀ ਲੜ ਰਿਹਾ ਤਾਂ ਮੇਰੇ ਲਈ ਵੀ ਨਾ ਮੈਂ ਜਿਹੜਾ ਐਕਸਪੀਰੀਅੰਸ ਹੈਗਾ ਤਾਂ ਆਪણો ਸਾਰਿਆਂ ਨੂੰ ਦੂਜਾ ਮੌਕਾ ਦਿੱਤਾ ਪ੍ਰਮਾਤਮਾ ਨੇ ਤਾਂ ਆਪਾਂ ਨਾਲ ਮਿਲ ਕੇ ਇਸ ਚੀਜ਼ ਦੇ ਉੱਤੇ ਥੋੜਾ ਕੰਮ ਕਰੀਏ ਜੀ ਜੇ ਬਿੱਲਾਈ ਜੀ ਤੁਸੀਂ ਸੈਨੇਟਰ ਬਣਦੇ ਹੋ ਜੀ ਅੱਗੇ ਕੀ ਪ੍ਰਾਇਓਰਿਟੀ ਰਹੂਗੀ ਤੁਹਾਡੀ ਪ੍ਰਾਇਓਰਿਟੀ ਵੀਰੇ ਇੱਕ ਤਾਂ ਇਹ ਹੈ ਵੀ ਮੈਂ ਪੰਜਾਬੀ ਲਿਟਰੇਚਰ ਡਿਪਾਰਟਮੈਂਟ ਤੋਂ ਮੈਂ ਬਿਲੋਂਗ ਕਰਦਾ ਹੂੰ ਤੇ ਸਭ ਤੋਂ ਪਹਿਲਾਂ ਤਾਂ ਪੰਜਾਬੀ ਭਾਸ਼ਾ ਦਾ ਜਿਹੜਾ ਪੰਜਾਬ ਯੂਨੀਵਰਸਿਟੀ ਚੋਂ ਮਤਲਬ ਉਹਨੂੰ ਬੁਰੀ ਤਰ੍ਹਾਂ ਨਾਲ ਜੋ ਨਕਾਰਿਆ ਜਾ ਰਿਹਾ ਜਾਂ ਇਗਨੋਰ ਕੀਤਾ ਜਾ ਰਿਹਾ ਵੀ ਜਿੰਨੇ ਤੁਸੀਂ ਸੂਚਨਾ ਬੋਰਡ ਵੀ ਦੇਖੋਗੇ ਯੂਨੀਵਰਸਿਟੀ ਚ ਲੱਗੇ ਹੋਏ ਉਹਨਾਂ ਤੇ ਵੀ ਪੰਜਾਬੀ ਨਹੀਂ ਹੈਗੀ ਇੱਕ ਪਾਸੇ ਅੰਗਰੇਜ਼ੀ ਲਿਖੀ ਜਾਂਦੀ ਹੈ ਦੂਜੇ ਪਾਸੇ ਹਿੰਦੀ ਲਿਖੀ ਜਾਂਦੀ ਹੈ ਤੇ ਪੰਜਾਬੀ ਲਿਟਰੇਚਰ ਦਾ ਜਿਹੜਾ ਪੰਜਾਬੀ ਸਾਹਿਤ ਦਾ ਵਿਭਾਗ ਆ ਜਿਹੜਾ ਉਹਦਾ ਵੀ ਮਤਲਬ ਇੱਕ ਤਰ੍ਹਾਂ ਨਾਲ ਇਹ ਹੈ ਵੀ ਉੱਥੋਂ ਕੱਲੇ ਟੀਚਰ ਹੀ ਨਿਕਲ ਰਹੇ ਨੇ ਹਾਲਾਂਕਿ ਜਿਵੇਂ ਹੁਣ ਤੁਸੀਂ ਮੀਡੀਆ ਦੇ ਫੀਲਡ 'ਚ ਕੰਮ ਕਰਦੇ ਹੋ ਮਲਟੀਮੀਡੀਆ ਜਿਹੜਾ ਪੰਜਾਬੀ ਦਾ ਸਿਨੇਮਾ ਜਿਹੜਾ ਪੰਜਾਬੀ ਦੇ ਨਿਊ ਚੈਨਲ ਨੇ ਉਹ ਸਾਰੀਆਂ ਚੀਜ਼ਾਂ ਬਹੁਤ ਤਰੱਕੀ ਕਰ ਰਹੀਆਂ ਨੇ ਪਰ ਪੰਜਾਬੀ ਸਾਹਿਤ ਦੇ ਜਿਹੜੇ ਡਿਪਾਰਟਮੈਂਟ ਨੇ ਉਹਨਾਂ 'ਚ ਪੜਨ ਵਾਲੇ ਜਿਹੜੇ ਲੋਕ ਨੇ ਉਹ ਦਿਨੋਂ ਦਿਨ 15000 12000 ਤੇ ਸਿਰਫ ਕਲਾ ਪੜਾ ਹੀ ਰਹੇ ਨੇ ਤਾਂ ਉਹ ਜਿਹੜੀ ਸਕਿੱਲ ਡਿਵੈਲਪਮੈਂਟ ਆ ਇਹਨਾਂ ਸਾਡੇ ਵਿਭਾਗਾਂ ਦੇ ਵਿੱਚ ਮੈਨੂੰ ਲੱਗਦਾ ਵੀ ਉਹਦੇ ਤੇ ਬੜਾ ਕੰਮ ਕਰਨ ਦੀ ਲੋੜ ਆ ਤੇ ਇਹ ਚੀਜ਼ਾਂ ਜੇ ਪਰਮਾਤਮਾ ਨੇ ਮੌਕਾ ਦਿੱਤਾ ਇਧਰ ਨੂੰ ਜ਼ਰੂਰ ਮੇਰੇ ਹਿਸਾਬ ਨਾਲ ਕੰਮ ਹੋਣਾ ਚਾਹੀਦਾ ਕਿਉਂਕਿ ਪੰਜਾਬੀ ਸਾਹਿਤ ਦੇ ਜਿਹੜੇ ਜਿਹੜੇ ਵਿਦਿਆਰਥੀ ਨੇ ਉਹ ਇਹ ਚੀਜ਼ਾਂ ਬੜੀ ਚੰਗੀ ਤਰ੍ਹਾਂ ਕਰ ਸਕਦੇ ਨੇ ਉਹ ਨਿਊਜ਼ ਰੀਡਰ ਬਣ ਸਕਦੇ ਨੇ ਉਹ ਐਡੀਟਰ ਬਣ ਸਕਦੇ ਨੇ ਉਹ ਸਕ੍ਰਿਪਟ ਰਾਈਟਰ ਬਣ ਸਕਦੇ ਨੇ ਕਿਉਂਕਿ ਪੰਜਾਬੀ ਸਿਨੇਮਾ ਪੰਜਾਬੀ ਮਲਟੀਮੀਡੀਆ ਦਿਨੋ ਦਿਨ ਬਹੁਤ ਤਰੱਕੀ ਕਰ ਰਿਹਾ ਪਰ ਸਿਰਫ ਤੇ ਸਿਰਫ ਉਹਨਾਂ ਕੋਲੇ ਇੱਕੋ ਹੀ ਰਾਹ ਹੈ ਕਿ ਉਹ ਜਾ ਕੇ ਕਾਲਜਾਂ ਚ ਪੜਾ ਸਕਦੇ ਨੇ ਜਾ ਕੇ ਸਕੂਲਾਂ ਚ ਪੜਾ ਸਕਦੇ ਨੇ ਤੇ ਉਨੀਆਂ ਅਸਾਮੀਆਂ ਹੈ ਨਹੀਂ ਗਿਆ ਅਸਾਮੀਆਂ ਦਾ ਵੈਸੇ ਹੀ 25 ਸਾਲਾਂ ਤੋਂ ਪੰਜਾਬ ਚ ਨਹੀਂ ਨਿਕਲੀਆਂ ਕਾਲਜਾਂ ਦੀਆਂ ਤਾਂ ਇਹ ਚੀਜ਼ਾਂ ਜਿਹੜੀਆਂ ਇੱਕ ਤਾਂ ਇਸ ਇਸ ਪਾਸੇ ਨੂੰ ਕੰਮ ਕਰਨ ਦੀ ਲੋੜ ਹੈ ਤੇ ਦੂਜਾ ਜਿਹੜਾ ਬੇਸਿਕਲੀ ਪੰਜਾਬ ਦੀ ਜਿਹੜੀ ਹੈਗੀ ਆ ਜਿਹੜੀ ਪੰਜਾਬ ਦੀ ਨੁਮਾਇੰਦਗੀ ਆ ਉਹ ਯੂਨੀਵਰਸਿਟੀ ਚੋਂ ਤਕਰੀਬਨ ਤਕਰੀਬਨ ਖਤਮ ਹੀ ਕੀਤੀ ਜਾ ਰਹੀ ਆ ਜਿੰਨੀਆਂ ਅਸਾਮੀਆਂ ਆਉਂਦੀਆਂ ਨੇ ਯੂਨੀਵਰਸਿਟੀ ਚ ਕੱਲੀਆਂ ਤੁਸੀਂ ਅਧਿਆਪਕਾਂ ਦੀਆਂ ਨਾ ਰੱਖੋ ਕੱਲੇ ਪ੍ਰੋਫੈਸਰਾਂ ਦੀਆਂ ਨਾ ਰੱਖੋ ਜਿਹੜੇ ਦਰਜਾ 4 ਤੋਂ ਲੈ ਕੇ ਜਿਹੜੇ ਐਡਮਿਨ ਬਲਾਕ ਦੇ ਜਿਹੜੇ ਹੋਰ ਕਰਮਚਾਰੀ ਨੇ ਉਹਨਾਂ ਚੋਂ ਦਿਨੋਂ ਦਿਨ ਤੁਸੀਂ ਢੇੜਾ ਮਾਰੋਗੇ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਪੰਜਾਬੀ ਬੰਦੇ ਬਹੁਤ ਘੱਟ ਦਿਖਾਈ ਦੇਣਗੇ ਤਾਂ ਇਹ ਸਾਰੀਆਂ ਚੀਜ਼ਾਂ ਵੀ ਪੰਜਾਬ ਦੀ ਨੁਮਾਇੰਦਗੀ ਯੂਨੀਵਰਸਿਟੀ ਚ ਘੱਟੋ ਘੱਟ ਬਚੀ ਰਹੇ ਤੀਜਾ ਜਿਹੜੀ ਇਹ ਕੈਟਾਗਰੀ ਆ ਜਿਹਦੇ ਚੋਂ ਮੈਂ ਇਹ ਵਿਦਿਆਰਥੀ ਵਰਗ ਲਈ ਬਣਾਈ ਗਈ ਸੀ ਕਿ ਵਿਦਿਆਰਥੀਆਂ ਦੇ ਜਿਹੜੇ ਆਗੂ ਨੇ ਜਾਂ ਵਿਦਿਆਰਥੀ ਲੀਡਰ ਨੇ ਉਹ ਇਹਦੇ ਵਿੱਚ ਬੈਠਣ ਤਾਂ ਜੋ ਵਿਦਿਆਰਥੀਆਂ ਨਾਲ ਡਾਇਰੈਕਟ ਜਿਹੜੇ ਮਸਲੇ ਆ ਜੁੜੇ ਹੋਏ ਉਹ ਸੈਨਟਰ ਦੇ ਵਿੱਚ ਪਹੁੰਚਦੇ ਰਹਿਣ ਪਰ ਇਹਦੇ ਵਿੱਚ ਕੀ ਹੋਇਆ ਜਿਹੜਾ ਇੱਕ ਵਾਰੀ ਸੈਨਟਰ ਮੈਂਬਰ ਬਣ ਜਾਂਦਾ ਉਹ ਹੌਲੀ ਹੌਲੀ ਕਰਕੇ ਲੋਕ ਕੀ ਕਰਦੇ ਨੇ ਕੋਈ ਪਹਿਲਾਂ ਜਿਹੜੀਆਂ ਹੋਰ categories ਨੇ ਜਿਵੇਂ ਪ੍ਰੋਫੈਸਰ category ਆ ਉਹਦੇ ਚੋਂ ਬਣਦੇ ਨੇ ਸਨ ਰਿਮੈਂਬਰ ਫਿਰ ਅੱਗੇ ਪ੍ਰਿੰਸੀਪਲ ਬਣ ਜਾਂਦੇ ਨੇ ਉਹਦੇ ਚੋਂ ਬਣ ਜਾਂਦੇ ਨੇ ਫਿਰ ਉਦੋਂ ਬਾਅਦ ਫਿਰ ਗ੍ਰੈਜੂਏਟ ਦੇ ਵਿੱਚ ਅੱਗੇ ਲੜਦੇ ਨੇ ਹੁਣ ਵੀ ਕਈ ਵੱਡੇ ਇਹੋ ਜਿਹੇ ਚਿਹਰੇ ਨੇ ਜਿਨ੍ਹਾਂ ਦੀ ਉਮਰ 70 70 ਸਾਲ ਦੀ ਹੋਣੀ ਆ ਉਹ ਗ੍ਰੈਜੂਏਟ ਚੋਂ ਲੜ ਰਹੇ ਨੇ ਤਾਂ ਉਹਨਾਂ ਤੱਕ ਵਿਦਿਆਰਥੀਆਂ ਦਾ رابطہ ਬਣਾਉਣਾ ਕਾਫੀ ਮੁਸ਼ਕਲ ਹੋ ਜਾਂਦਾ ਤਾਂ ਮੈਨੂੰ ਇਹ ਲੱਗਦਾ ਵੀ ਮੈਂ ਹਾਲੇ ਖੁਦ ਯੂਨੀਵਰਸਿਟੀ ਦਾ ਵਿਦਿਆਰਥੀ ਆ ਉਹਨਾਂ ਦੇ ਵਿੱਚੋਂ ਆ ਜਿਹੜੀ ਗੱਲ ਉਹ ਮੈਨੂੰ ਕਹਿ ਸਕਦੇ ਨੇ ਬਾਹ ਫੜ ਕੇ ਉਹ ਉਹਨਾਂ ਨੂੰ ਨਹੀਂ ਕਹਿ ਸਕਦੇ ਤਾਂ ਵਿਦਿਆਰਥ ਵੀ ਉੱઠી ਸੀ ਕਿ ਜਿਹੜਾ ਵਿਦਿਆਰਥੀ ਕਾਉਂਸਲ ਦਾ ਜਿੱਤਿਆ ਹੋਇਆ ਪ੍ਰਧਾਨ ਹੋਊਗਾ ਉਹਨੂੰ ਵੀ ਸੈਨੇਟ ਦਾ ਮੈਂਬਰ ਨਾਮਿਨੇਟ ਕੀਤਾ ਜਾਵੇ ਹਾਲਾਂਕਿ ਉਹਦੀ ਟਰਮ 1 ਸਾਲ ਦੀ ਹੁੰਦੀ ਆ ਪਰ ਉਹ ਇੱਕ ਇੱਕ ਸਾਲ ਲਈ ਨਾਮਿਨੇਟ ਹੋਣਾ ਚਾਹੀਦਾ ਕਿਉਂਕਿ ਵਿਦਿਆਰਥੀਆਂ ਦੀ ਆਵਾਜ਼ ਸੈਨੇਟ ਦੇ ਵਿੱਚ ਜਾਣੀ ਚਾਹੀਦੀ ਆ ਆਫਟਰ ਆਲ ਯੂਨੀਵਰਸਿਟੀ ਜਿਹੜੀ ਹੈਗੀ ਉਹ ਵਿਦਿਆਰਥੀਆਂ ਲਈ ਬਣਾਈ ਗਈ ਹੈ ਨਾ ਤਾਂ ਸਭ ਤੋਂ ਪਹਿਲਾਂ ਤਾਂ ਵਿਦਿਆਰਥੀਆਂ ਦਾ ਭਲਾ ਜਿਹੜਾ ਉੱਥੇ ਹੋਣਾ ਚਾਹੀਦਾ ਬਿਲਕੁਲ ਇੱਕ ਹੋਰ ਵੀ ਸਵਾਲ ਆ ਜਿਹੜਾ ਵਿਦਿਆਰਥੀਆਂ ਨਾਲ ਹੋਰ ਤੱਕਾ ਹੁੰਦਾ ਜਿਵੇਂ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਤੰਨੀਆਂ ਚਾਰ ਵਿਦਿਆਰਥੀਆਂ ਦੇ ਜਿਹੜ ਇਹ ਚੀਜ਼ਾਂ ਵੀ ਬਾਰੇ ਹੋਣੀਆਂ ਚਾਹੀਦੀਆਂ ਜਿਵੇਂ ਜਿਵੇਂ ਹੁਣ ਉਹ ਜਿਹੜਾ ਮੁਕੱਦਮਾ ਦਰਜ ਹੋਇਆ ਚਲੋ ਆਪਾਂ ਮੰਨਦੇ ਆ ਕਿ ਵਿਦਿਆਰਥੀ ਜਿਹੜੇ ਹੁੰਦੇ ਆ ਉਹਨਾਂ ਦੀ ਇੰਨੀ ਉਮਰ ਨਹੀਂ ਹੁੰਦੀ ਜਾਂ ਇੰਨੀ ਸਮਝ ਨਹੀਂ ਹੁੰਦੀ ਕਈ ਵਾਰੀ ਉਹਨਾਂ ਤੋਂ ਜੋਸ਼ ਦੇ ਵਿੱਚ ਕੋਈ ਗੱਲਾਂ ਇਹੋ ਜਿਹੀਆਂ ਅਧਿਆਪਕਾਂ ਨੂੰ ਕਹੀਆਂ ਜਾਂਦੀਆਂ ਜਿਹੜੀਆਂ ਨਹੀਂ ਨਹੀਂ ਉਹਨਾਂ ਨੂੰ ਕਹਿਣੀਆਂ ਚਾਹੀਦੀਆਂ ਕਿਉਂਕਿ ਮੈਂ ਮੰਨਦਾ ਵੀ ਵਿਰੋਧ ਦਾ ਵੀ ਇੱਕ ਸਲੀਕਾ ਹੋਣਾ ਚਾਹੀਦਾ ਇੱਕ ਤਰੀਕਾ ਹੋਣਾ ਚਾਹੀਦਾ ਜੇ ਤੁਸੀਂ ਆਪਣੇ ਅਧਿਆਪਕਾਂ ਦਾ ਵਿਰੋਧ ਕਰ ਰਹੇ ਹੋ ਤਾਂ ਇੱਕ ਥੋੜੀ ਭਾਸ਼ਾ ਵੀ ਉਦਾਂ ਦੀ ਹੋਣੀ ਚਾਹੀਦੀ ਆ ਥੋੜਾ ਜਿਹੜਾ ਸਰੀਰਕ ਵਿਵਹਾਰ ਆ ਉਹ ਵੀ ਉਦਾਂ ਦਾ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਅਧਿਆਪਕਾਂ ਨੂੰ ਵੀ ਇਹ ਗੱਲ ਮਤਲਬ ਸੋਚਣੀ ਚਾਹੀਦੀ ਆ ਕਿ ਤੁਸੀਂ ਜੇ ਵਿਦਿਆਰਥੀਆਂ ਦੇ ਪਰਚੇ ਹੀ ਦਰਜ ਕਰਾ ਦੋਗੇ ਤਾਂ ਫਿਰ ਤੁਸੀਂ ਉਹਨਾਂ ਨੂੰ ਮਜਰਮ ਬਣਾਉਣ ਵਾਲੇ ਪਾਸੇ ਨੂੰ ਲੈ ਕੇ ਜਾ ਰਹੇ ਹੋ ਨਾ ਤਾਂ ਤੁਹਾਨੂੰ ਉਹ ਤੁਹਾਡਾ ਗੁਰੂ ਚੇਲੇ ਦਾ ਰਿਸ਼ਤਾ ਤਾਂ ਉਹ ਥਾਣੇ ਤੱਕ ਨਹੀਂ ਗੱਲ ਜਾਣੀ ਚਾਹੀਦੀ ਮੇਰੇ ਹਿਸਾਬ ਨਾਲ ਤਾਂ ਇਹ ਜਿਹੜੇ ਪਰਚੇ-ਪੁਰਚੇ ਜਿਹੜੇ ਕਰਾਉਂਦੇ ਨੇ ਯੂਨੀਵਰਸਿਟੀ ਦੇ ਜਿਹੜੇ ਵੀ ਪ੍ਰੋਫੈਸਰ ਨੇ ਜਾਂ ਜੋ ਵੀ ਅੱਜਕੱਲ ਜਿਹੜਾ ਵਾਈਸ ਚਾਂਸਲਰ ਨਵਾਂ ਆਇਆ ਇਹ ਮਾੜੀਆਂ ਰਵਾਈਤਾਂ ਨੇ ਸਾਡੇ ਵੇਲੇ ਘਰ ਨਹੀਂ ਹੁੰਦੀਆਂ ਸੀ ਇਹ ਸਾਡੇ ਵੇਲੇ ਤਾਂ ਇਹ ਵੀ ਹੁੰਦਾ ਰਿਹਾ ਪਹਿਲਾਂ ਵੀ ਜਦੋਂ ਅਸੀਂ ਵਾਈਸ ਚਾਂਸਲਰ ਦੇ ਖਿਲਾਫ ਧਰਨਾ ਲਾਉਂਦੇ ਸੀ ਜਾਂ ਕਿਸੇ ਹੋਰ ਪ੍ਰੋਫੈਸਰ ਦੇ ਖਿਲਾਫ ਧਰਨਾ ਲਾਉਂਦੇ ਸੀ ਤਾਂ ਉਹ ਸਾਨੂੰ ਲੰਘਦਾ ਟੱਪਦਾ ਇਹ ਪੁੱਛ ਕੇ ਜ਼ਰੂਰ ਜਾਂਦਾ ਹੁੰਦਾ ਸੀ ਕਿ ਕੁਝ ਖਾਣ ਲਈ ਤਾਂ ਨਹੀਂ ਚਾਹੀਦਾ ਤੁਸੀਂ ਧੁੱਪੇ ਦੀ ਸੱਤਾ ਦੇ ਵਿੱਚ ਆਈ ਹੈ ਇਹਨਾਂ ਨੇ ਪੰਜਾਬ ਤੋਂ ਬਾਹਰਲੇ ਬੰਦੇ ਲਿਆ ਕੇ ਇੱਥੇ ਥੋਪਣੇ ਸ਼ੁਰੂ ਕੀਤੇ ਉਦੋਂ ਤੋਂ ਉਹ ਗੱਲਾਂ ਜਿਹੜੀਆਂ ਜ਼ਿਆਦਾ ਹੋਣ ਲੱਗੀਆਂ ਯੂਨੀਵਰਸਿਟੀ 'ਚ ਜੀ ਇੱਕ ਜਿਹੜੇ 40000 ਵੋਟ ਜਾਂ 42000 ਵੋਟ ਜਿਹੜੀ ਤੁਸੀਂ ਕਹਿੰਦੇ ਹੋ ਪੋਲ ਹੋਈ ਆ ਤੁਹਾਨੂੰ ਕਿੰਨੀਆਂ ਪੈ ਗਈਆਂ ਕੋਈ ਲਾਇਆ ਅੰਦਾਜ਼ਾ ਅੰਦਾਜ਼ਾ ਅਸਲ ਦੇ ਵਿੱਚ ਤਾਂ ਨਤਨ ਵੀਰੇ ਰਿਜ਼ਲਟ ਦੇ ਆਉਣ ਤੋਂ ਬਾਅਦ ਹੀ ਨਤੀਜੇ ਤੋਂ ਬਾਅਦ ਹੀ ਪਤਾ ਲੱਗੂਗਾ ਐਵੇਂ ਚਲੋ ਆਪਾਂ ਨਹੀਂ ਲਾ ਸਕਦੇ ਕਿਉਂਕਿ ਇਹਦੇ 'ਚ ਇਹ ਹੁੰਦਾ ਵੀ ਇਹਦਾ ਦਾਇਰਾ ਬਹੁਤ ਜ਼ਿਆਦਾ ਵੱਡਾ ਚੋਣ ਦਾ ਤਾਂ ਤੁਸੀਂ ਮੰਨੋ ਵੀ 271 72 ਪੋਲਿੰਗ ਬੂਥ ਨੇ ਜਿਨ੍ਹਾਂ 'ਚ 211 ਦੇ ਵਿੱਚ ਚੋਣ ਹੋਈ ਆ ਤੇ ਉਹ ਤਕਰੀਬਨ 5 ਸਟੇਟਾਂ ਦੇ ਵਿੱਚ ਆ ਜਾਂਦੇ ਨੇ ਤਾਂ ਆਪਾਂ ਨੂੰ ਜੋ ਆਪਣਾ ਬੰਦਾ ਜਿਹੜਾ ਉੱਥੇ ਖੜ੍ਹਾ ਸੀ ਉਦੋਂ ਜਾਂ ਜਿਹੜਾ ਡਿਊਟੀ ਦੇ ਰਿਹਾ ਸੀ ਜੋ ਆਪਾਂ ਨੂੰ ਉਹ ਰਿਪੋਰਟ ਦੇ ਰਿਹਾ ਆ ਆਪਾਂ ਨੂੰ ਉਹਦੇ ਤੇ ਹੀ ਆਪਾਂ ਨੂੰ ਪ੍ਰੋਸਸ ਕਰਨਾ ਪੈਣਾ ਤਾਂ ਉਹਨੂੰ ਆਪਾਂ ਸਾਰਿਆਂ ਨੂੰ ਉਸ ਚੀਜ਼ ਨੂੰ ਜਾਂਚ ਪੜਤਾਲ ਆਪਾਂ ਨਹੀਂ ਕਰ ਸਕਦੇ ਮੈਂ ਉੱਪਰ ਦੇਖੋ ਇੰਨੇ ਲੋਕ ਰਲ ਕੇ ਲੱਗੇ ਹੋਏ ਨੇ ਤਾਂ ਆਪਾਂ ਦਾ ਫਿਰ ਪੋਜ਼ਿਟਿਵ ਹੀ ਆ ਜਦੋਂ ਇੰਨਾ ਕੁਝ ਪ੍ਰਮਾਤਮਾ ਨੇ ਕੀਤਾ ਤਾਂ ਮੈਂ ਤਾਂ ਇਹ ਸੋਚਦਾ ਕਿ ਇਲੈਕਸ਼ਨ ਦਾ ਪ੍ਰਮਾਤਮਾ ਦੀ ਮਿਹਰ ਨਾਲ ਜਿੱਤਾਂਗੇ ਚਲੋ ਬਾਕੀ ਜਿਹੜੀ ਹੁਣ ਰਹਿੰਦੀ ਆ ਉਹਦੇ ਤੇ ਜ਼ੋਰ ਲਾ ਲਈਏ ਹਨਾ ਜਿੰਨਾ ਕੁ ਆਪਾਂ ਲਾ ਸਕਦੇ ਆ ਕਿਉਂਕਿ ਫਿਰ ਮੌਕਾ ਹੱਥ ਨਹੀਂ ਆਉਣਾ ਫਿਰੇ 4 ਸਾਲ ਬਾਅਦ ਦੁਬਾਰੇ ਆਪਾਂ ਨੂੰ ਮੌਕਾ ਮਿਲਣਾ ਤੇ ਹੋ ਸਕਦਾ ਇਹੋ ਜਿਹੇ ਹਾਲਾਤ ਉਦੋਂ ਨਾ ਹੋਣ ਜੋ ਅੱਜ ਬਣੇ ਹੋਏ ਨੇ ਤੇ ਹੋ ਸਕਦਾ ਜਿਹੋ ਜਿਹੇ ਹਾਲਾਤ ਚੱਲ ਰਹੇ ਆ ਅਗਲੀ ਚੋਣ ਹੋਵੇ ਹੀ ਨਾ ਕਿਉਂਕਿ ਇਸ ਵਾਰੀ ਵੀ ਤਾਂ ਪਤਾ ਸਾਨੂੰ ਚੋਣ ਕਿਵੇਂ ਕਰਾਈ ਗਈ ਆ ਤੇ ਤੇ ਹੋ ਸਕਦਾ ਅਗਲੀ ਵਾਰ ਧਰਨਾ ਨਾ ਲੱਗੇ ਤੇ ਨਾ ਹੀ ਇਹ ਚੋਣ ਹੋਵੇ ਕਿਉਂਕਿ ਜਿਹੜੇ ਇੱਕ ਵਾਰੀ ਸੈਨੇਟਰ ਮੈਂਬਰ ਬਣ ਜਾਂਦੇ ਆ ਇਸ ਵਾਰੀ ਵੀ ਤਾਂ ਪੁਰਾਣੇ ਸੈਨੇਟਰ ਮੈਂਬਰ ਜਿਹੜੇ ਬਣੇ ਹੋਏ ਸੀ ਜਿਹੜੇ ਵਿਦਿਆਰਥੀ ਲੀਡਰਾਂ ਚੋਂ ਹੀ ਗਏ ਸੀ ਤੇ ਉਹਨਾਂ ਨੇ ਚੁੱਪਚਾਪ ਇਹ ਜੀ ਗੰਢ ਧੁੱਪ ਕੀਤੀ ਕਿ ਤੁਸੀਂ ਸਾਨੂੰ ਪਰਮਾਨੈਂਟ ਹੀ ਬਣਾ ਦਿਓ ਪਰ ਵਿਚਾਰਿਆਂ ਦੇ ਸੁਪਨੇ ਚਲੋ ਹਾਲੇ ਉਹਨਾਂ ਦੇ ਪਲੇਟ 'ਚ ਪਈ ਰਹਿ ਗਏ ਓਵੇਂ ਕਿਉਂਕਿ ਚੋਣ ਦੁਬਾਰੇ ਹੋ ਰਹੀ ਆ ਤੇ ਅੱਜ ਉਹੀ ਬੰਦੇ ਫੇਰ ਮੈਦਾਨ 'ਚ ਨੇ ਪਰ ਇਹ ਤੁਸੀਂ ਇਹ ਦੇਖੋ ਵੀ ਉਹਨਾਂ ਨੂੰ ਵੋਟਾਂ ਮੰਗਦਿਆਂ ਨੂੰ ਸ਼ਰਮ ਨਹੀਂ ਆਉਂਦੀ ਇੱਕ ਦਿਨ ਵੀ ਉਹ ਧਰਨੇ ਤੇ ਨਹੀਂ ਆਏ ਕਿਉਂਕਿ ਉਹਨਾਂ ਨੂੰ ਨੋਮੀਨੇਟ ਹੀ ਹੋਣੇ ਆ ਬੰਦੇ ਚੋਣ ਤਾਂ ਹੋਣੀ ਨਹੀਂ ਪਰ ਉਹੀ ਬੰਦੇ ਹੁਣ ਦੁਬਾਰੇ ਪਤਾ ਨਹੀਂ ਕਿਹੜੇ ਮੂਨਾ ਵੋਟਾਂ ਮੰਗੀ ਜਾਂਦੇ ਨੇ ਤੇ ਲੋਕ ਉਹਨਾਂ ਨੂੰ ਵੋਟਾਂ ਪਾ ਵੀ ਰਹੇ ਨੇ ਹੂੰ ਜਿਹੜੀ ਗੱਲ ਆ ਨਾ ਵੀ ਆਪਾਂ ਗੱਲਾਂ ਕਰਦੇ ਆ ਵੀ ਜਿਵੇਂ ਅੱਗੇ ਆਪਾਂ 2022 ਦੇਖਦੇ ਆ ਪੰਜਾਬ ਦਾ ਤਾਂ ਆਪਾਂ ਬੜੀਆਂ ਗੱਲਾਂ ਕਰਦੇ ਆ ਕਿ ਬੀਜੇਪੀ ਦਾ ਇੱਥੇ ਕੁਝ ਨਹੀਂ ਵਟਣਾ ਇੱਥੇ ਲੋਕ ਐ ਨਹੀਂ ਇੱਥੇ ਲੋਕ ਬੜਾ ਵਿਰੋਧ ਨੇ ਪਰ ਜਦੋਂ ਰਾਜਨੀਤਿਕ ਜਦੋਂ ਰਾਜਨੀਤਿਕ ਸ਼ਤਰੰਜ ਵਿਛਾਈ ਜਾਂਦੀ ਆ ਤਾਂ ਲੋਕਾਂ ਨੂੰ ਵੀ ਪਤਾ ਨਹੀਂ ਲੱਗਦਾ ਕਦੋਂ ਉਹਦੇ ਵਿੱਚ ਆਪਣੇ ਆਪ ਤੁਰ ਪੈਂਦੇ ਨੇ ਉਹ ਤਾਂ ਹੁਣ ਮੈਨੂੰ ਲੱਗਦਾ ਵੀ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਆਰਐਸਐਸ ਦੇ ਤਿੰ ਵਾਰ ਦਾ ਕੱਲੇ ਮੁਕਸਰ ਦੇ ਵਿੱਚ ਵਿਰੋਧ ਹੋਇਆ ਤੇ ਉਹਦਾ ਟੈਂਟ ਇੱਥੇ ਪਟਿਆ ਗਿਆ ਤੇ ਬਾਕੀ ਤਕਰੀਬਨ ਸਾਰੇ ਚੁੱਪਚਾਪ ਸ਼ਾਂਤੀ ਨਾਲ ਲੋਕਾਂ ਨੇ ਵੋਟਾਂ ਪਾਈਆਂ ਤੇ بڑے ਇਹੋ ਜਿਹੇ ਬੰਦੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਵੀ ਹਾਜ਼ਰੀਆਂ ਲਵਾਉਂਦੇ ਰਹੇ ਆ ਉਹ ਵੀ ਉਹਨਾਂ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਂਦੇ ਦੇਖੇ ਗਏ ਆ ਇਹ ਜੀ ਰਹੀ ਹੈ ਇਹ ਹੋਈ ਆ ਇਹ ਹੁਣੇ ਹੋਈ ਆ 26 ਸਤੰਬਰ ਨੂੰ ਹੋਈ ਆ ਇਹ ਦੁਬਾਰਾ ਜੇ ਤੁਸੀਂ ਦੇਖਣੀ ਆ ਵਾਪੇ ਇਹ ਚੀਜ਼ ਵਾਪਰਦੀ ਹੋਈ ਤਾਂ ਜਿਹੜੇ ਖੇਤਰਾਂ ਚ ਚੋਣਾ ਰਹਿੰਦੀਆਂ ਨੇ ਫਰੀਦਕੋਟ ਜ਼ਿਲ੍ਹੇ ਚ ਰਹਿੰਦੀਆਂ ਨੇ ਸੰਗਰੂਰ ਬਰਨਾਲੇ ਰਹਿੰਦੀਆਂ ਨੇ 17 ਅਕਤੂਬਰ ਨੂੰ ਐਤਵਾਰ ਨੂੰ ਤੁਸੀਂ ਢੀੜਾ ਮਾਰਿਓ ਪੋਲਿੰਗ ਬੂਥਾਂ ਤੇ ਜੇ ਤੁਹਾਨੂੰ ਕੋਈ ਮਕੇਸ਼ ਕੁਮਾਰ ਅਰੋੜੇ ਦੇ ਟੈਂਟ ਤੇ ਬੈਠਾ ਦੇਖ ਗਿਆ ਬੰਦਾ ਉਹ ਆਰਐਸਐਸ ਦਾ ਕੈਂਡੀਡੇਟ ਆ ਮੇਰੇ ਕੋਲੇ ਵੈਰੀਫਾਈਡ ਚਿੱਠੀ ਪਈ ਆ ਜਿਹੜੀ ਸੰਘ ਦੀ ਚਿੱਠੀ ਆ ਇੱਕ ਲਾਜਵੰਤ ਵਿਰਕ ਇਹਨਾਂ ਦਾ ਕੈਂਡੀਡੇਟ ਆ ਤੇ ਤੀਜਾ ਇਹਨਾਂ ਦਾ ਜਿਹੜਾ ਕੈਂਡੀਡੇਟ ਇਹ ਤਿੰਨ ਕ ਉਮੀਦਵਾਰ ਤਾਂ ਜਿਹੜੇ ਸਿੱਧੇ ਡਾਇਰੈਕਟਰ ਆ ਰਹੇ ਸਨਾਂ ਜਿਹੜੇ ਇਹਨਾਂ ਨੇ ਮੈਦਾਨ ਚ ਉਤਾਰੇ ਨੇ ਤੇ ਬਾਕੀ ਕੁਝ ਜਿਹੜੇ ਡੀਏਵੀ ਵੱਲੋਂ ਜਿਹੜੇ ਲੜ ਰਹੇ ਨੇ ਜਿਹੜੀਆਂ ਦਇਆਨੰਦ ਐਂਗਲੋ-ਵੈਦਿਕ ਸੰਸਥਾਵਾਂ ਨੇ ਉਹ ਵੀ ਸਾਰੀਆਂ ਇਹਨਾਂ ਦੀਆਂ ਹੀ ਨੇ ਤੁਸੀਂ ਉਹ ਵੀ ਉਮੀਦਵਾਰ ਇਹਨਾਂ ਦੀ ਮੰਨੋ ਬਾਕੀ ਜਿਹੜੇ ਤੁਹਾਨੂੰ ਪਹਿਲਾਂ ਨਾਂ ਲੈ ਕੇ ਹਟਿਆ ਜਿਨ੍ਹਾਂ ਨੂੰ ਗੋਲੀ ਦਿੱਤੀ ਗਈ ਸੀ ਕਿ ਤੁਹਾਨੂੰ ਪੱਕੀ ਸਾਰੀ ਉਮਰ ਲਈ ਸੈਨੇਟਰ ਬਣਾ ਦਿੱਤਾ ਜਾਊਗਾ ਤਾਂ ਤੁਸੀਂ ਇਹ ਮੰਨੋ ਵੀ 10 ਕ ਉਮੀਦਵਾਰ ਇਹਨਾਂ ਦੇ ਲੜ ਰਹੇ ਨੇ ਤੇ ਟੋਟਲ ਜਿਹੜੇ ਜਿੱਤਣੇ ਆ ਉਹ ਉਮੀਦਵਾਰ 15 ਜਿੱਤਣੇ ਆ ਤੇ 15 ਚੋਂ ਜੇ 10 ਜਿਤਾ ਗਏ ਇਹ ਆ ਗੱਲਾਂ ਉਹੀ ਨੇ ਆਪਾਂ ਰੋਲਾ ਰੱਪਾ ਬਹੁਤ ਪਾਉਨੇ ਆ ਪਰ ਜਦੋਂ ਗੱਲ ਮੈਦਾਨ ਤੇ ਕਰਨ ਦੀ ਆਉਂਦੀ ਆ ਤਾਂ ਉਦੋਂ ਆਪਾਂ ਆਪੋ ਆਪਣੀਆਂ ਧਿਰਾਂ 'ਚ ਲੌਬੀਆਂ 'ਚ ਆਪਣੇ ਸਵਾਰਥਾਂ 'ਚ ਬੜੇ ਸਿਆਣੇ ਬਿਆਣੇ ਬੰਦੇ ਜਿਹੜੇ ਵਿਦਵਾਨ ਕਹੋਂਦੇ ਆਪਣੇ ਆਪ ਨੂੰ ਕਿਉਂਕਿ ਮਿਨਿਮਮ ਗ੍ਰੈਜੂਏਟ ਆ ਜਿਹੜਾ ਇਹਦਾ ਵੋਟਰ ਹੈ ਜਿਹੜਾ ਵੀ ਬੰਦਾ ਇਹਦਾ ਵੋਟਰ ਹੈ ਤਾਂ ਉਹ ਬੰਦੇ ਵੀ ਆਪਾਂ ਸਵਾਰਥਾਂ 'ਚ ਫਸੇ ਮੈਂ ਖੁਦ ਵੋਟ ਪਾਉਂਦੇ ਦੇਖੇ ਨੇ ਤੇ ਇਹੀ ਲੋਕ ਜਦੋਂ ਧਰਨੇ ਦੇ ਬੈਠੇ ਹੁੰਦੇ ਸੀ ਸਾਡੇ ਕੋਲੇ ਉਦੋਂ ਇਹਨਾਂ ਨੂੰ ਇੱਕ ਪਤਾ ਨਹੀਂ ਜਿਹੜੇ ਆਪਣੇ ਵਿਚਾਰੇ ਪਿੰਡਾਂ ਦੇ ਸਧਾਰਨ ਜਿਹੜੇ ਲੋਕ ਨੇ ਗਰੀਬ ਜਨਤਾ ਜਿਹੜੀ ਉਹਨਾਂ ਦੀ ਇੱਕ दारू ਦੀ ਬੋਤਲ ਇਹਨਾਂ ਨੂੰ ਬਹੁਤ ਚੁਪਦੀ ਇਹਨਾਂ ਲੋਕਾਂ ਨੂੰ ਉਹਦੇ ਤੇ ਸਾਰੇ ਕਮੈਂਟ ਕਰਦੇ ਨੇ ਵਾਰ ਫਸ ਕੇ ਆਪਣੀਆਂ ਲੌਬੀਆਂ ਚ ਆਪਣੇ ਧਿਰਾਂ ਚ ਫਸ ਕੇ ਮੋਟਾ ਪਾਉਣਾ ਹੀ ਹੋ ਤੇ ਫਿਰ ਤੁਸੀਂ ਉਹਨਾਂ ਗਰੀਬਾਂ ਨੂੰ ਵਿਚਾਰਿਆਂ ਨੂੰ ਕਿਉਂ ਜੇ ਕੋਈ ਦਰੂ ਦੀ ਬੋਤਲ ਲੈ ਲੈਂਦੇ ਨੇ ਉਹ ਤੁਹਾਨੂੰ ਕਿਉਂ ਚੁਭਦੀ ਆ ਤਾਂ ਇਹ ਇਹਨਾਂ ਦੇ ਸਾਰਿਆਂ ਦੇ ਦੋਗਲੇ ਕਰਦਾਰ ਹੀ ਮੈਨੂੰ ਤਾਂ ਲੱਗਦੇ ਨੇ ਆਣਾ ਲੋਕਾਂ ਦੇ ਤਾਂ ਵੀ ਇੱਕ ਬਿੱਲਾ ਜੀ ਆ ਜਿਹੜੀ ਤੁਸੀਂ ਗੱਲ ਦਸੀ ਇਹ ਬੜੀ ਹੈਰਾਨੀਜਨਕ ਆ ਵੀ ਜਿਹੜੇ ਕਿਸਾਨੀ ਅੰਦੋਲਨ ਦੇ ਪੱਖ ਚ ਖੜੇ ਰਹੇ ਜਾਂ ਉਧਰ ਜਾ ਕੇ ਸਮਰਥਨ ਉਹ ਵੀ ਇੱਧਰਲੇ ਪਾਸੇ ਵੋਟਾਂ ਪੁੱਛਦਾ ਉਹ ਵੀ ਗੱਲ ਹਜਮ ਜੇ ਨਹੀਂ ਹੁੰਦੀ ਵੀ ਉਹ ਵੀ ਭਾਜਪਾ ਵੀ ਵੀਰ ਤੁਸੀਂ ਤੁਸੀਂ ਖੁਦ ਦੇਖਿਓ ਵੀਰੇ 17 ਅਕਤੂਬਰ ਨੂੰ ਮੈਂ ਤੁਹਾਨੂੰ ਉਮੀਦਵਾਰਾਂ ਦੇ ਨਾਂ ਗਿਣਾਤੇ ਹੂੰ ਤੇ ਇੱਕ ਦੋ ਬੰਦਿਆਂ ਨੂੰ ਤਾਂ ਚਲੋ ਮੈਂ ਬਾਅਦ ਚ ਮਿਲਿਆ ਵੀ ਆ ਉਹਨਾਂ ਦੇ ਭਲੇਖੇ ਵੀ ਦੂਰ ਕੀਤੇ ਆ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਆ ਇਹ ਉਮੀਦਵਾਰ ਆਰਐਸਐਸ ਦੇ ਨੇ ਹਨਾ ਚਲੋ ਉਹ ਵੀ ਹੋ ਸਕਦਾ ਕਿ ਇਹ ਬੰਦਿਆਂ ਨੂੰ ਨਹੀਂ ਪਤਾ ਪਰ ਤੁਹਾਨੂੰ ਜਾਂਚ ਪੜਤਾਲ ਤਾਂ ਕਰਨੀ ਚਾਹੀਦੀ ਆ ਨਾ ਤੁਹਾਨੂੰ ਇਹ ਤਾਂ ਪਤਾ ਨਾ ਵੀ ਇੱਕ ਬੰਦੇ ਨੇ ਧਰਨਾ ਲਾਇਆ 25 ਦਿਨ ਲਗਾਤਾਰ ਦਿਨ ਰਾਤ ਬੈਠਾ ਰਿਹਾ ਯੂਨੀਵਰਸਿਟੀ 'ਚ ਤੁਹਾਨੂੰ ਸਾਰਿਆਂ ਨੂੰ ਇਹ ਤਾਂ ਪਤਾ ਨਾ ਹਾਂ ਇੱਕ ਇਹ ਵੀ ਗੱਲ ਆ ਜੀ ਸਾਹਮਣੇ ਵੀ ਤੁਸੀਂ ਸੀ ਜਾਂ ਇੱਕ ਦੋ ਬੰਦੇ ਹੋਰ ਸੀਗੇ ਜਿਹੜੇ ਚਲੋ ਬਾਅਦ ਚ ਆ ਕੇ ਤੁਹਾਨੂੰ ਜੁਆਇਨ ਕਰਦੇ ਨੇ ਹਨਾ ਵੀ ਹੋਰ ਕੋਈ ਬੰਦਾ ਵੀ ਨਹੀਂ ਆਇਆ ਕੈਂਡੀਡੇਟ ਕਿੰਨੇ ਨੇ ਟੋਟਲ ਟੋਟਲ ਰਤਨ ਵਿਰੇਚ 43 ਉਮੀਦਵਾਰ ਖੜੇ ਨੇ 43 ਖੜੇ ਨੇ ਜੀ 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 ਤੁਹਾਡਾ ਸੀਰੀਅਲ ਨੰਬਰ 32 ਆ ਮੇਰਾ 32 ਆ ਜੀ ਆ ਤੇ 15 ਨੇ ਜਿੱਤਣਾ ਹਾਂ ਜੀ ਜਿੱਤਣਾ 15 ਦੇ 43 ਦੇ ਵਿੱਚੋਂ ਮੰਨ ਕੇ ਚਲੋ ਤਿੰਨ ਚਾਰ ਹੀ ਸੀ ਤੁਸੀਂ ਹਾਂ ਮਤਲਬ ਮੈਕਸਿਮਮ ਜੇ ਆਪਾਂ ਜਿਹੜੇ ਸ਼ਕਲ ਦਿਖਾਉਣ ਵਾਲਿਆਂ ਦੀ ਵੀ ਆਪਾਂ ਗਿਣ ਲਈਏ ਵੀ ਇੱਕ ਵਾਰੀ ਆਏ ਸੀ ਤਾਂ ਵੀ 6-7 ਹੀ ਬਣਦੇ ਨੇ ਹਾਂ 7 ਬਣਦੇ ਨੇ ਹਾਂ ਮਤਲਬ ਤਾਂ ਵੀ 15 ਬੰਦੇ ਤਾਂ ਬਣਦੇ ਨਹੀਂ ਹੈਗੇ ਜਿਹੜੇ ਤੁਸੀਂ ਦਿਤਾ ਸਕੋ ਜਿਹੜੇ ਉੱਥੇ ਆਏ ਨੇ ਤਾਂ ਇਹ ਜਿਨ੍ਹਾਂ ਦੇ ਆਪਾਂ ਨਾਮ ਲੈ ਰਹੇ ਹਾਂ ਜਿਹੜੇ ਇਹਨਾਂ ਦੇ ਉਮੀਦਵਾਰ ਆ ਉਹਨਾਂ ਨੇ ਤਾਂ ਫਿਰ ਉੱਥੇ ਆਉਣਾ ਹੀ ਕੀ ਉਹਨਾਂ ਦਾ ਫਿਰ ਉਹਨਾਂ ਨੇ ਤਾਂ ਇੱਕ ਦਨ ਨਾਲ ਹੀ ਮਿੱਥ ਲੈਂਦੇ ਨਾ ਲੋਕ ਆਪਾਂ ਵੋਟ ਹੀ ਦੂਜੀ ਆਪਣੇ ਨਾਲ ਜੁੜੀ ਹੋਈ ਆ ਇੱਥੇ ਵੀ ਗੱਲ ਪ੍ਰੂਫ ਹੁੰਦੀ ਆ ਨਾ ਵੀ ਚਾਹੇ ਜੇ ਇੱਕ ਪਾਸੇ ਗੱਲ ਹੁੰਦੀ ਆ ਵੀ ਜਿਵੇਂ ਤੁਸੀਂ ਉਹ ਬੋਤਲ ਵਾਲੀ ਗੱਲ ਕਰੀ ਵੀ ਪਿੰਡਾਂ ਵਾਲਿਆਂ ਨੂੰ ਜਾਂ ਅਣਪੜ੍ਹ ਬੰਦੇ ਨੂੰ ਵੀ ਕਮੈਂਟ ਜ਼ਰੂਰ ਮਾਰਿਆ ਜਾਂਦਾ ਵੀ ਤੁਸੀਂ ਬੋਤਲ ਤੇ ਵਿਕ ਜਾਂਦੇ ਹੋ ਪਰ ਜਿਹੜਾ ਪੜਿਆ ਲਿਖਿਆ ਵਰਗ ਆ ਉਹ ਵੀ ਵੇਖੀ ਰਿਹਾ ਉਹ ਬਿਲਕੁਲ ਵਿਕ ਰਿਹਾ ਉਹ ਆਪਣੇ ਸਵਾਰਥਾਂ 'ਚ ਫਸਿਆ ਹੋਇਆ ਕਿਸੇ ਨੂੰ ਇਹ ਦਿਖਦਾ ਕਿ ਮੈਂ ਅੱਗੇ ਜਾ ਕੇ ਡਿਪਾਰਟਮੈਂਟ ਦਾ ਚੇਅਰਮੈਨ ਬਨਣਾ ਤਾਂ ਉਹ ਕਿੰਨਾ ਨੇ ਬਣਾਉਣਾ ਸਰਕਾਰ ਕਿੰਨਾ ਦੀ ਆ ਆਉਣ ਵਾਲੇ ਦਿਨਾਂ 'ਚ ਵੀ ਲੋਕਾਂ ਨੂੰ ਦਿਖ ਹੀ ਰਿਹਾ ਹਨ ਆ ਵੀ ਮੋਦੀ ਤਾਂ ਕਿਤੇ ਜਾ ਨਹੀਂ ਰਿਹਾ ਜੋ ਕਾਂਗਰਸ ਦੇ ਹਾਲਾਤ ਨੇ ਤਾਂ ਇਹ ਜਿਹੜੇ ਜਿਵੇਂ ਜਿਵੇਂ ਆਪਾਂ ਵੱਡੀ ਕਲਾਸ ਵੱਲ ਵਧਦੇ ਜਾਂਦੇ ਹਾਂ ਨਾ ਪੜੇ ਲਿਖਿਆ ਵੱਲ ਇਹਨਾਂ ਦੇ ਹੋਰ ਟਾਈਪ ਦੇ ਲਾਲਚ ਹੁੰਦੇ ਨੇ ਇਹਨਾਂ ਨੂੰ ਇਹ ਲੱਗਦਾ ਵੀ ਕੋਈ ਚੇਅਰਮੈਨ ਹੀ ਲੈਣੀ ਆ ਜਾਂ ਆਪਣੇ ਬੱਚੇ ਅੱਗੇ ਪੜਾਉਣੇ ਆ ਜਾਂ ਨੌਕਰੀਆਂ ਤੇ ਰਖਾਉਣੇ ਆ ਤਾਂ ਇਹ ਸਾਰੇ ਲੋਕ ਤੇ ਨਾਲ ਅਜ ਫਸੇ ਹੋਏ ਨੇ ਹੋਰ ਦੇਖੋ ਮੈਂ ਤੁਹਾਨੂੰ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਦੱਸਦਾ ਇੱਥੇ ਬਠਿੰਡੇ ਸਾਡਾ ਜਦੋਂ ਜਿਹੜਾ ਜਦੋਂ ਆਪਣਾ ਪੋਲਿੰਗ ਬੂਥ ਵਾਲੇ ਦਿਨ ਚੱਲ ਰਿਹਾ ਸੀਗਾ ਇਲੈਕਸ਼ਨ ਵਾਲੇ ਦਿਨ ਤਾਂ ਇੱਕ ਇੱਥੇ CPI ਦਾ ਬੜਾ ਵੱਡਾ ਲੀਡਰ ਹਮ ਆਪਣੇ ਆਪਣੇ ਏਰੀਆ ਦਾ ਹੀ ਬਠਿੰਡਾ ਮਾਨਸਾ ਦਾ ਉਹ ਸਾਹਮਣੇ ਖੜਾ ਸੀ ਸਾਡੇ ਕਿਸੇ ਹੋਰ ਉਮੀਦਵਾਰ ਦੀ ਮਦਦ ਤੇ ਮੈਂ ਉਹਨਾਂ ਨੂੰ ਵੀ ਮਿਲਿਆ ਮੈਂ ਉਹਨਾਂ ਨੂੰ ਫੋਨ ਵੀ ਕੀਤੇ ਪਹਿਲਾਂ ਮੈਂ ਕਿਹਾ ਸਰ ਤੁਸੀਂ ਆਪਣੇ ਆਪ ਨੂੰ ਕਾਮਰੇਡ ਕਹਾਉਨੇ ਹੋ ਵੀ ਮੈਨੂੰ ਇਹ ਲੱਗਦਾ ਵੀ ਜੋ ਕੰਮ ਤੁਸੀਂ ਕਰਦੇ ਹੋ ਜੋ ਤੁਸੀਂ ਕਾਮਰੇਡ ਸੋਚਦੇ ਹੋ ਤਾਂ ਉਹ ਕੰਮ ਮੈਂ ਕੀਤਾ ਮੈਂ 25 ਦਿਨ ਧਰਨੇ ਤੇ ਬੈਠਾ ਤਾਂ ਕਰਕੇ ਆਪਾਂ ਨੂੰ ਇਹ ਤਰੀਕ ਮਿਲੀ ਆ ਵੀ ਤੁਸੀਂ ਮੇਰੀ ਮਦਦ ਕਰੋ ਤੁਸੀਂ ਉਸ ਉਮੀਦਵਾਰ ਦੀ ਕਿਉਂ ਕਰ ਰਹੇ ਹੋ ਜਿਹੜਾ ਬੰਦਾ ਧਰਨੇ ਤੇ ਨਹੀਂ ਆਇਆ ਹੂੰ ਸਿਰਫ ਇਹ ਸੇ ਕਰਕੇ ਵੀ ਤੁਹਾਡੀ ਪਾਰਟੀ ਨੇ ਤੁਹਾਨੂੰ ਕਹਿਤਾ ਵੀ ਆਪਾਂ ਇਹ ਬੰਦਾ ਜਿਤਾਉਣਾ ਚਲੋ ਜੀ ਨਹੀਂ ਉਹਨਾਂ ਨੇ ਕੋਈ ਗੱਲ ਸੁਣੀ ਮੇਰੀ ਨਾ ਉਸ ਤੋਂ ਬਾਅਦ ਜਦੋਂ ਉਹ ਚੋਣ ਹੋਈ ਉਹਨਾਂ ਨੇ ਠੋਕ ਕੇ ਆਪਣੇ ਬੰਦੇ ਦੀ ਮਦਦ ਕੀਤੀ ਉਸ ਤੋਂ ਬਾਅਦ ਵੀ ਮੈਨਾਂ ਨੂੰ ਮਿਲਿਆ ਮੈਂ ਉਹਨਾਂ ਨੂੰ ਬਾਅਦ ਚ ਵੀ ਫੋਨ ਕੀਤਾ ਮੈਂ ਕਿਹਾ ਸਰ ਹੁਣ ਮਾਨਸਾ ਦੀ ਇਲੈਕਸ਼ਨ ਆਲੇ ਰਹਿੰਦੀ ਆ ਵੀ ਤੁਸੀਂ ਹੁਣ ਤਾਂ ਕਰ ਸਕਦੇ ਹੋ ਜੀ ਮਤਲਬ ਹੋ ਸਕਦੀ ਹੈ ਤੁਹਾਡੇ ਸਾਹਮਣੇ ਕਿਉਂਕਿ ਇੱਕ ਹੋਰ ਵੀ ਅਰਤਨ ਵੀਰੇ ਉਹ ਉਮੀਦਵਾਰ ਆ ਜਿਹੜਾ ਜਿਹਦੀ ਮਦਦ ਕਰ ਰਹੇ ਸੀ ਉਹ ਪਿਛਲੀ ਵਾਰੀ ਜਿੱਤਿਆ ਹੋਇਆ ਲੁਧਿਆਣਾ ਏਰੀਆ ਤੋਂ ਸਬੰਧ ਰੱਖਦਾ ਆਪਣੇ ਏਰੀਆ ਨਾਲ ਵੀ ਉਹਦਾ ਕੋਈ ਲੈਣਾ ਦੇਣਾ ਨਹੀਂ ਆ ਇਸ ਵਾਰੀ ਵੀ ਉਹਨੇ 100% ਜਿੱਤੀ ਜਾਣਾ ਕਿਉਂਕਿ ਉਹਨਾਂ ਦੀਆਂ ਬਣੀਆਂ ਹੋਈਆਂ ਤਰ੍ਹਾਂ ਪਰ ਨਹੀਂ ਉਹ ਕਹਿੰਦੇ ਵੀ ਸਾਨੂੰ ਸਾਡੀ ਪਾਰਟੀ ਵੱਲੋਂ ਹੁਕਮ ਹੈ ਤਾਂ ਕਈ بڑے ਇਹੋ ਜਿਹੇ ਲੋਕ ਨੇ ਜਿਹੜੀਆਂ ਆਪਣੀਆਂ ਪਾਰਟੀਆਂ ਦੇ ਹੁਕਮ ਅਜਵੇ ਜੇ ਹੋਏ ਨੇ ਤਾਂ ਸੀਪੀਆਈ ਵੱਲੋਂ ਵੀ ਹਰ ਵਾਰੀ ਦੋ ਵਾਰ ਦੋ ਉਮੀਦਵਾਰ ਖੜੇ ਹੁੰਦੇ ਨੇ ਉਹ ਵੀ ਜਿੱਤ ਜਾਂਦੇ ਨੇ ਤਿੰਨ ਚਾਰ ਉਮੀਦਵਾਰ ਡੀਏਵੀ ਵਾਲੇ ਖੜੇ ਕਰਦੇ ਨੇ ਉਹ ਵੀ ਜਿੱਤ ਜਾਂਦੇ ਨੇ ਭਾਜਪਾ ਵਾਲੇ ਹੁਣ ਨਵੇਂ ਆ ਕੇ ਗੇਮ 'ਚ ਉਹ ਖੜੇ ਕਰਦੇ ਨੇ ਆਪਣੇ ਬੰਦੇ ਉਹ ਵੀ ਜਿੱਤ ਜਾਂਦੇ ਨੇ ਤਾਂ ਨਵੇਂ ਬੰਦੇ ਲਈ ਜਿਨ੍ਹਾਂ ਲਈ ਇਹ ਬਣਾਈ ਗਈ ਆ ਕੈਟਾਗਰੀ ਉਹਨਾਂ ਲਈ ਜਗ੍ਹਾ ਨਹੀਂ ਬਚਦੀ ਇਹਦੇ 'ਚ ਤਾਂ ਕਰ ਕੀ ਜਿਹੜਾ ਮਤਲਬ ਯੂਨੀਵਰਸਿਟੀ ਦਾ ਜਿਹੜੇ ਹਾਲ ਨੇ ਜਿਹ ਕਿਉਂਕਿ ਬੋਲਣ ਵਾਲੇ ਲੋਕ ਤਾਂ ਜਾਂਦੇ ਹੀ ਨਹੀਂ ਉੱਥੇ ਤੇ ਇਸੇ ਕਰਕੇ ਜਿਹੜੀ ਸੈਨਟ ਚੌਣਾ ਉਹ ਖਤਰੇ 'ਚ ਪਈ ਹੋਈ ਆ ਪਰ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਜ਼ਰੂਰ ਜਿੱਤੋ ਤੇ ਲੋਕਾਂ ਦੀ ਆਵਾਜ਼ ਚੱਕੋ ਬਿਲਕੁਲ ਪਰਮਾਤਮਾ ਦੇ ਹੱਥ ਆ ਸਾਰੀਆਂ ਗੱਲਾਂ ਬਾਕੀ ਲੋਕਾਂ ਨੇ ਸਾਥ ਬਹੁਤ ਦਿੱਤਾ ਆਪਾਂ ਇਕੱਲਿਆਂ ਨਾ ਪੱਕੀ ਗੱਲਾਂ ਨਹੀਂ ਕਰਦੇ ਜੀ ਬੜਾ ਜ਼ਿਆਦਾ ਪਿਆਰ ਵੀ ਮਿਲਿਆ ਜੇ ਕੋਈ ਮਾੜਾ ਮੋਟਾ ਮੁਕਾਬਲੇ 'ਚ ਆਪਾਂ ਹੈਗੇ ਆ ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਆਪਾਂ ਜੁਨੀਵਰਸਿਟੀ ਧਰਨਾ ਲਾਇਆ ਉਹਦੀ ਬਦੌਲਤਾਂ ਤੇ ਜਿੰਨਾ ਲੋਕਾਂ ਨੇ ਪਿਆਰ ਦਿੱਤਾ ਜਿਨ੍ਹਾਂ ਨੂੰ ਆਪਾਂ ਜਾਣਦੇ ਵੀ ਨਹੀਂ ਕਈ ਇਹੋ ਜਿਹੇ ਲੋਕਾਂ ਨੇ ਵੀ ਮੈਨੂੰ ਵੋਟਾਂ પાਕੇ ਫੋਟੋਆਂ ਭੇਜੀਆਂ ਬੜਿਆਂ ਨੇ ਤਾਂ ਉਹਨਾਂ ਉਹਨਾਂ ਸਾਰਿਆਂ ਦੀ ਬਦੌਲਤਾਂ ਜਿਨ੍ਹਾਂ ਲੋਕਾਂ ਨੇ ਸਾਥ ਦਿੱਤਾ ਆਪਣਾ ਪਰ ਗੱਲ ਇਹ ਹੈ ਵੀ ਬਾਰੀ-ਬਾਰੀ ਆਪਾਂ ਗੱਲ ਤਾਂ ਕਰਦੇ ਆਂ ਵੀ ਆਪਾਂ ਥੋੜੀ ਜੀ ਸਾਵਧਾਨੀ ਵਰਤੀਏ ਕਿਉਂਕਿ ਮੌਕਾ ਫੇਰ ਜਿਹੜਾ ਉਹ 4 ਸਾਲਾਂ ਬਾਅਦ ਆਊਗਾ ਤੇ ਪਤਾ ਨਹੀਂ ਆਊਗਾ ਕਿ ਨਹੀਂ ਆਊਗਾ ਹੋ ਸਕਦਾ ਇਹ ਆਖਰੀ ਇਲੈਕਸ਼ਨ ਹੋਵੇ ਕਿਉਂਕਿ ਜੇ ਕੋਈ ਬੋਲਣ ਵਾਲਾ ਬੰਦਾ ਜਾਊਗਾ ਹੀ ਨਹੀਂ ਸੈਨਟ ਦੇ ਵਿੱਚ ਤਾਂ ਫਿਰ ਕਿਸੇ ਨੇ ਗੱਲ ਹੀ ਨਹੀਂ ਕਰਨੀ ਜਿਹੜੇ ਲੋਕਾਂ ਨੂੰ ਉਹਨਾਂ ਨੇ ਜਿਵੇਂ ਹੁਣ ਹੋਇਆ ਸੀ ਹੁਣ ਕਿਹੜਾ ਬੋਲੇ ਸੀਗੇ ਇੱਕ ਦੋ ਬੰਦੇ ਆਇਆ ਸੀ ਜਿਹਦੇ ਕਰਕੇ ਇੱਕ ਦੂਜੇ ਨਾਲ ਮੈਨੂੰ ਲੱਗਦਾ ਜੇ ਵੱਡੇ ਕਿਸਾਨ ਲੀਡਰ ਮੇਰੇ ਕੋਲੇ ਨਾ ਆਉਂਦੇ ਜੇ politcal ਰਾਜਨੀਤਿਕ ਲੀਡਰ ਨਾ ਆਉਂਦੇ ਜਾਂ ਕਲਾਕਾਰ ਨਾ ਆਉਂਦੇ ਤਾਂ ਮੈਨੂੰ ਕਿਹਨੇ ਪੁੱਛਣਾ ਸੀ ਉੱਥੇ ਤਾਂ ਨਾ ਹੀ ਉਹ ਮੀਡੀਆ 'ਚ ਗੱਲ ਜਾਣੀ ਸੀ ਮੀਡੀਆ 'ਚ ਨਾ ਜਾਂਦੀ ਕੋਈ ਦਬਾਅ ਨਹੀਂ ਬੰਨਾ ਸੀ ਤੇ ਜਿਵੇਂ ਵਿਚਾਰੇ ਉੱਥੇ ਆਪਣੇ ਬੈਠੇ ਨੇ ਬਜ਼ੁਰਗ ਹੁਣ ਤੱਕ ਬੈਠੇ ਨੇ ਅਸੀਂ ਉੱਥੇ ਹੁਣ ਤੱਕ ਬੈਠੇ ਆਉਣਾ ਸੀ ਤੇ ਉਹਨਾਂ ਨੇ ਸੈਨੇਟ ਜਿਹੜੀ ਨੋਮੀਨੇਟਰੀ ਕਰ ਦੇਣੀ ਸੀ ਤਾਂ ਇਹੀ ਚੀਜ਼ਾਂ ਨੇ ਵੀ ਆਖਰੀ ਮੌਕਾ ਹੀ ਮੈਨੂੰ ਲੱਗਦਾ ਵੀ ਆਪਣੇ ਕੋਲੇ ਹੈਗਾ ਜੇ ਆਪਾਂ ਬਚਾ ਸਕਦੇ ਆ ਤਾਂ ਬਚਾਈਏ ਇਸ ادارے ਨੂੰ ਜਿਹੜੀ ਬੜ ਤਾਂ ਇਹਨੂੰ ਬਚਾਉਣ ਦੀ ਲੋੜ ਹੈ ਜੀ ਬਿੱਲਾ ਜੀ ਸਾਡੇ ਵੱਲੋਂ ਸ਼ੁਭਕਾਮਨਾਵਾਂ ਤੁਸੀਂ ਸਮਾਜਤਾ ਮਿਹਰਬਾਨੀ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੀ ਭਾਈ ਬਿੱਲਾ ਥਾਲੀਵਾਲ ਜਿਹੜੇ ਖੜੇ ਹੋਏ ਨੇ ਸੈਨੇਟ ਚੋਣਾਂ ਦੇ ਵਿੱਚ ਜਿਨ੍ਹਾਂ ਦਾ ਸੀਰੀਅਲ ਨੰਬਰ 32 ਆ ਸਾਡੀ ਵੀ ਦਰਸ਼ਕਾਂ ਨੂੰ ਇਹੀ ਅਪੀਲ ਆ ਵੀ ਚਾਹੇ ਬਿੱਲੇ ਨੂੰ ਚਾਹੇ ਹੋਰ ਕਿਸੇ ਕੈਂਡੀਡੇਟ ਨੂੰ ਪਹਿਲੀ ਗੱਲ ਤਾਂ ਇਹੀ ਆ ਵੀ ਜਿਹੜਾ ਤੁਹਾਡੀ ਵੋਟ ਦਾ ਅਧਿਕਾਰ ਆ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ ਜਿਵੇਂ ਇਹਨਾਂ ਨੇ ਦੱਸਿਆ ਵੀ ਸਿਰਫ 2.5 ਲੱਖ ਚੋਂ 40 ਕੁ ਹਜ਼ਾਰ ਵੋਟਾਂ ਹੀ ਪੰਨਾਈਆਂ ਇਹ ਵੀ ਬੜੀ ਇੱਕ ਮਾੜੀ ਗੱਲ ਆ ਪਰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਆ ਜਾਂ ਚੰਡੀਗੜ੍ਹ ਦੀ ਗੱਲ ਕਰਦੇ ਆ ਖਾਸ ਕਰਕੇ ਜੇ ਪੰਜਾਬੀ ਚੰਡੀਗੜ੍ਹ ਦੀ ਗੱਲ ਕਰਦੇ ਨੇ ਰਾਜਧਾਨੀ ਦੀ ਗੱਲ ਕਰਦੇ ਨੇ ਤੇ ਪੰਜਾਬ ਯੂਨੀਵਰਸਿਟੀ ਇੱਕ ਵੱਡੀ ਚੀਜ਼ ਆ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਜਾਂ ਜਿਹੜਾ ਕੁਝ ਉੱਤੇ ਹੋ ਰਿਹਾ ਹੈਗਾ ਉਹ ਵੀ ਸਾਰੇ ਲੋਕ ਜਾਣਦੇ ਨੇ ਉਹ ਲੋਕ ਤਾਂ ਜਾਣਦੇ ਹੀ ਨੇ ਜਿਨ੍ਹਾਂ ਦੀਆਂ ਇਹ ਵੋਟਾਂ ਬਣੀਆਂ ਹੋਈਆਂ ਜਾਂ ਜਿਹੜੇ ਗ੍ਰੈਜੂਏਟ ਨੇ ਪੰਜਾਬ ਯੂਨੀਵਰਸਿਟੀ ਤੋਂ ਅਸੀਂ ਉਮੀਦ ਕਰਦੇ ਹਾਂ ਵੀ ਲੋਕ ਜਾਗਰੂਕ ਹੋਣਗੇ ਤੇ ਲੋਕ ਵੱਧ ਚੜ ਕੇ ਜਿਹੜਾ ਦੂਜਾ ਗੇੜ ਆ ਰਿਹਾ ਹੈਗਾ ਉਹਦੇ 'ਚ ਆਪਣੀ ਵੋਟ ਦਾ ਭੁਗਤਾਨ ਕਰਨਗੇ ਅਸੀਂ ਅੱਗੇ ਫਿਰ ਹਾਜ਼ਰ ਹੋਵਾਂਗੇ ਕੋਈ ਹੋਰ ਮੁਲਾਕਾਤ ਲੈ ਕੇ ਹੁਣ ਆਪਣੇ ਦੋ ਸਰ ਤਨਦੀਪ ਸਿੰਘ 41 ਵਾਲੋਂ ਦੀ ਇਜਾਜ਼ਤ ਦੇਖਦੇ ਰਹੋ ਆਰਐਮਪੀ ਟੈਲੀਵਿਜ਼ਨ ਧੰਨਵਾਦ